ਸਿੱਕ ਚੈਨਲ ਦੇਖ ਰਿਹਾ ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਅਸੀਂ ਬੈਠਿਆ ਪਿੰਡ ਜਫਰਵਾਲ ਇਹ ਪਿੰਡ ਜਫਰਵਾਲ ਭਾਈ ਵਸਨ ਸਿੰਘ ਜਫਰਵਾਲ ਜੀ ਦਾ ਪਿੰਡ ਹੈ ਤੇ ਭਾਈ ਵਸਨ ਸਿੰਘ ਜਫਰਵਾਲ ਜੀ ਨੂੰ ਅੱਜ ਪੰਜਾਬ ਪੁਲਿਸ ਜਿਹੜੀ ਉਹ ਫੜ ਕੇ ਸਵੇਰੇ 8:30 ਵਜੇ ਲੈ ਫੜ ਕੇ ਲੈ ਗਈ ਸੀ ਤੇ ਐਸ ਵਕਤ ਭਾਈ ਵਸਨ ਸਿੰਘ ਜੀ ਜਫਰਵਾਲ ਜੋ ਗਰਦਾਸਪੁਰ ਦੀ ਜੇਲ੍ਹ ਵਿੱਚ ਬੰਦ ਹਨ ਤੇ ਉਹਨਾਂ ਨੂੰ ਇਹ 23 ਤਰੀਕ ਤਾਂ ਜਿਹੜਾ ਉਹਨਾਂ ਨੂੰ ਉੱਥੇ ਜਿਹੜਾ ਓਰਮਾਂਡ ਲਿਆ ਗਿਆ ਹੈ ਤੇ ਮੇਰੇ ਨਾਲ ਹਨ ਉਹਨਾਂ ਦੇ ਧਰਮ ਪਤਨੀ ਜੀ ਤੇ ਉਹਨਾਂ ਦੇ ਜੋ ਭਰਾ ਜੀ ਹਨ ਇਹ ਸਭ ਤੋਂ ਪਹਿਲਾਂ ਉਹਨਾਂ ਨਾਮ ਫਤੇ ਬੁਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਆ ਅੱਗ ਪੰਜਾਬ ਚ ਕਦੋਂ ਸ਼ੁਰੂ ਹੋਈ ਸਭ ਤੋਂ ਪਹਿਲਾਂ ਤਨ ਤਨ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸੀਗੇ ਵਿਆਪਦੀ ਜਿਹੜੀ ਉਹ ਦੁਸ਼ਟ ਲੋਕਾਂ ਨੇ ਕੀਤੀ ਪਹਿਲਾਂ ਜਵਾਰ ਕੇ ਕੀਤੀ ਗਈ ਤੇ ਫਿਰ ਬਰਗਾੜੀ ਕੀਤੀ ਗਈ ਤੇ ਫਿਰ ਕੋਟਕਪੂਰੇ ਬਰਗਾੜੀ ਪਿੰਡ ਵਿੱਚ ਜਿਹੜੇ ਦੋ ਨੌਜਵਾਨਾਂ ਅਤੇ ਨੌਜਵਾਨਾਂ ਨੂੰ ਗੋਲੀ ਦੇ ਨਾਲ ਮਾਰ ਕੇ ਸ਼ਹੀਦ ਕੀਤਾ ਗਿਆ ਅੰਨੇਵਾ ਗੋਲੀਆਂ ਚਲਾ ਕੇ ਤੇ ਫਿਰ ਕੋਟਕਪੂਰੇ ਜੋ ਸ਼ਾਂਤਮਈ ਪੂਰਵਕ ਜਿਹੜੇ ਅਸੀਂ ਧਰਨਾ ਜੋ ਦੇ ਰਹੇ ਸੀ ਲੋਕ ਸੰਗਤਾਂ ਦੇ ਰਹੇ ਸੀ ਉੱਥੇ ਵੀ ਅੰਨੇਵਾ ਗੋਲੀਆਂ ਚਲਾ ਕੇ ਬਹੁਤ ਜ਼ਿਆਦਾ ਲੋਕਾਂ ਨੂੰ ਉੱਥੇ ਫੱਟੜ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਜਿਹੜਾ ਸੀ ਧੰਤਨ ਗੁਰੂਗ੍ਰਾਂਤ ਸ੍ਰੀ ਵਿਵਤੀ ਹੁੰਦੀ ਰਹੀ ਉੱਥੇ ਜਿਹੜੇ ਦੋ ਨੌਜਵਾਨ ਸਕੇ ਨੌਜਵਾਨ ਭਰਾ ਜਿਹੜੇ ਸੀ ਉਹ ਫੜ ਲਏ ਗਏ ਉਹ ਵੀ ਉੱਥੇ ਜਿਹੜਾ ਸੰਗਤਾਂ ਨੂੰ ਉਹ ਨਜਾਇਜ਼ ਤੌਰ ਤੇ ਜਿਹੜੇ ਉਹ ਫੜੇ ਲੱਗੇ ਹੋਏ ਤੇ ਉਸ ਨੂੰ ਜਿਹੜਾ ਸੰਗਤਾਂ ਨੇ ਸ਼ਾਂਤਮਈ ਤਰੀਕੇ ਨਾਲ ਉਸ ਨੂੰ ਰਿਹਾ ਕਰਾਇਆ ਉਸ ਤੋਂ ਬਾਅਦ ਵੀ ਜਿਹੜਾ ਹੈ ਜਿਹੜਾ ਉਹਨਾਂ ਨੂੰ ਸਿੱਖ ਕੌਮ ਜਿਹੜਾ ਨਿਆਂ ਨਹੀਂ ਮਿਲਿਆ ਫਿਰ ਉਹਨਾਂ ਨੇ ਜਿਹੜਾ ਸਰਬੱਤ ਖਾਲਸਾ ਸਮੇਲਨ ਜਿਹੜਾ ਸੀਗਾ ਪਿੰਨ ਚੱਬਾ ਨੇੜੇ ਤਾਂ-ਤਾਂ ਜਿਹੜਾ ਉਹ ਸੰਗਤਾਂ ਨੂੰ ਸੱਦਣਾ ਪਿਆ 10 ਤਰੀਕ ਨੂੰ ਜਿਹੜਾ ਸੀਗਾ ਉਹ ਜਿਹੜਾ ਸਰਬੱਤ ਖਾਲਸਾ ਬੜੇ ਜੋਰਾਂ ਦੇ ਜੋਸ਼ ਦੇ ਨਾਲ ਜਿਹੜਾ ਸੰਗਤਾਂ ਲੱਖਾਂ ਦੀ ਤਦਾਦ ਵਿੱਚ ਉੱਥੇ ਜਿਹੜਾ ਸੰਗਤਾਂ ਪਹੁੰਚਿਆ ਪਰ ਉਹ ਜਿਹੜਾ ਸੀਗਾ ਆਪਣੇ ਸ਼ਰੋਣ ਕਮੇਟੀ ਤੇ ਜਿਹੜੀ ਪੰਜਾਬ ਗਵਰਨਮੈਂਟੀ ਉਸ ਨੂੰ ਇਹ ਜਿਹੜਾ ਸੀ ਇਹ ਅੱਖਾਂ ਦੇ ਵਿੱਚ ਰੜਕਣ ਲੱਗਾ ਤੇ ਉਸ ਤੋਂ ਬਾਅਦ ਜਿਹੜਾ ਸੀ 11 ਤਰੀਕ ਨੂੰ ਆਪਣੇ ਸ੍ਰੀ ਅਕਾਲ ਤਖਤ ਦੇ ਉੱਪਰ ਜਿਹੜੇ ਜਥੇਦਾਰ ਬਣੇ ਸੀਗੇ ਜਿਹੜੇ ਨਵੇਂ ਜਥੇਦਾਰ ਸੀ ਧਿਆਨ ਸਿੰਘ ਜੀ ਮੰਡ ਤੇ ਜਿਹੜਾ ਕੀਸਗਰ ਸਾਹਿਬ ਦੇ ਸੀਗੇ ਭਾਈ ਅਮਰੀਕ ਸਿੰਘ ਜੀ ਅਜਨਾਲਾ ਤੇ ਜੋ ਦਮਦਮਾ ਸਾਹਿਬ ਦੇ ਸੀ ਉਹ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲੇ ਇਹ ਦਾਦੂ ਸਾਹਿਬ ਤੇ ਜਿਹੜੇ ਸੀਗੇ ਹੋਰ ਜਿਹੜੇ ਸੀਗੇ ਜਿਹੜੀ ਪੰਜਾਬ ਪੁਲਿਸ ਸੀ ਉਹਨੂੰ ਇਹ ਜਿਹੜਾ ਸੀਗਾ ਜਿਹੜਾ 11 ਤਰੀਕ ਨੂੰ ਜਿਹੜਾ ਸੰਦੇਸ਼ ਦਿੱਤਾ ਧਿਆਨ ਸਿੰਘ ਜੀ ਮੰਡ ਜੀ ਨੇ ਜੋ ਅਕਾਲ ਤਖਤ ਸਾਹਿਬ ਤੋਂ ਉਹ ਜਿਹੜਾ ਸੀ ਗਵਰਨਮੈਂਟ ਨੂੰ ਉਹ ਬਹੁਤ ਜਿਆਦਾ ਬੁਰਾ ਲਗਾ ਤੇ ਸ਼ਿਵਨ ਕਮੇਟੀ ਨੂੰ ਵੀ ਉਸ ਤੋਂ ਬਾਅਦ ਜਿਹੜਾ ਸੀਗਾ ਇਹਨਾਂ ਨੇ ਉਸ ਤੋਂ ਪਹਿਲਾਂ ਜਿਹੜੀਆਂ ਗ੍ਰਿਫਤਾਰੀਆਂ ਇਹਨਾਂ ਨੇ ਸ਼ੁਰੂ ਕਰਤੀਆਂ ਸਰਦਾਰ ਸਿਮਰ ਸਿੰਘ ਜੀ ਮਾਨ ਤੇ ਭਾਈ ਮੁਹਕਮ ਸਿੰਘ ਜੀ ਉਸ ਤੋਂ ਬਾਅਦ ਜਿੱਦਾਂ ਅੱਜ ਭਾਈ ਵਸਨ ਸਿੰਘ ਜਫਰਵਾਲ ਤੇ ਜਿੱਦਾਂ ਭਾਈ ਬਗੀਚਾ ਸਿੰਘ ਜੀ ਜੋ ਉਹ ਵੀ ਸਿਕੰਜਗਰ ਦੇ ਵਿੱਚ ਹਨ ਤੇ ਬਾਬਾ ਬਲਜੀਤ ਸਿੰਘ ਜੀ ਤੇ ਹੋ ਜਿਹੜੇ ਕਿ ਨੇਕਾਂ ਜਿਹੜੇ ਸੀਗੇ ਸਿੱਖ ਜਿਹੜੇ ਸੀਗੇ ਉਹ ਇਸ ਵਕਤ ਜਿਹੜੇ ਆ ਪੁਲਿਸ ਨੇ ਉਹ ਜੇਲਾਂ ਵਿੱਚ ਡੱਕ ਦਿੱਤੇ ਗਏ ਹਨ ਤੇ ਹੁਣ ਮੈਂ ਗੱਲਬਾਤ ਕਰੂੰਗਾ ਕਿ ਅੱਜ ਜਦੋਂ ਪੁਲਿਸ ਭਾਈ ਵੱਸਨ ਸਿੰਘ ਜੀ ਨੂੰ ਪਾਣ ਵਾਸਤੇ ਆਈ ਤੇ ਉਸ ਉਸ ਵਕਤ ਟਾਈਮ ਕਿੰਨਾ ਸੀ 8 ਵਜੇ ਦਾ ਟਾਈਮ ਸੀ ਤੇ ਪੁਲਿਸ ਆਣ ਕੇ ਤੇ ਉਹਨਾਂ ਗ੍ਰਿਫਤਾਰ ਕਰਕੇ ਲੈ ਗਏ ਅੱਛਾ ਜੀ ਜਦੋਂ ਪੰਜਾਬ ਪੁਲਿਸ ਆਈ ਉਸ ਵਕਤ ਕਿੰਨੀ ਪੁਲਿਸ ਸੀ ਜਦੋਂ ਉਹ ਭਾਈ ਬਸਨ ਸਿੰਘ ਨੂੰ ਫੜਨ ਵਾਸਤੇ ਆਏ 10 ਜਣੇ ਆਏ ਸੀ ਦੋ ਗੱਡੀਆਂ ਸੀ ਹਾਂਜੀ ਤੇ ਲੱਗੇ ਗ੍ਰਿਪਟਾਰ ਕਰਕੇ ਲੱਗੇ ਤੇ ਤੁਹਾਨੂੰ ਕੀ ਕਹਿਣ ਲੱਗੇ ਹੋਏ ਸਾਨੂੰ ਇਹਨਾਂ ਇਹੋ ਕਿ ਆਪਹੀਂ ਖਾਣ ਲੱਗੇ ਆ ਸਾਨੂੰ ਆਰਡਰ ਵਾ ਅਸੀਂ ਖਾਣਨਾ ਵਾ ਅੱਛਾ ਤੇ ਤੇ ਹੋਰ ਕਿਸੇ ਪਰਿਵਾਰ ਦੇ ਮੈਂਬਰ ਨੂੰ ਕੁਝ ਕਿਹਾ ਹੋਵੇ ਇਹਨਾਂ ਨੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੇ ਸੀ ਇਹੋ ਇਹ ਖਾਣਨਾ ਵਾ ਨੂੰ ਤੋਂ ਆਰਡਰ ਵਾ ਅੱਛਾ ਜੀ ਤੇ ਲੱਗੇ ਤੇ ਹਾਂਜੀ ਭਾਈ ਸਾਹਿਬਾਰੇ ਜਿੱਦਾਂ ਹੁਣ ਉਹਨਾਂ ਨੂੰ ਜੇਲ੍ਹ ਵਿੱਚ ਲੈ ਕੇ ਗਦਾਸਪੁਰ ਚ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਅਸੀਂ ਕੋਈ ਨਹੀਂ ਸਾਰੇ ਸਾਰੇ ਦੇ ਨਾਲ ਹੀ ਆ ਦੂਸਰੇ ਭਾਈ ਮਗਨ ਸੁਣੀ ਉਹਨਾਂ ਨੂੰ ਸਾਰਿਆਂ ਨੂੰ ਲਾਗੇ ਆ ਤੇ ਇਹਨਾਂ ਨੂੰ ਵੀ ਲਾਗੇ ਹੁਣ ਉਹਨਾਂ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੂੰ ਜਿਸ ਤਰ੍ਹਾਂ ਹੁਣ ਆਪਣੇ ਕੌਮ ਸੇ ਕੌਮ ਦੇ ਨਾਲ ਧੱਕਾ ਹੋਇਆ ਜੋ ਉਹਨਾਂ ਨੇ ਮਤਲਬ ਆਪਣੇ ਹੱਕ ਜਿਹੜੇ ਮੰਗੇ ਆ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਧੱਕਾ ਤਾਂ ਬਹੁਤ ਕੀਤਾ ਕੌਮ ਦੇ ਨਾਲ ਜਦੋਂ ਹੁਣ ਗੁਰਗਰਾਂ ਸਾਹਿਬ ਦੇ ਨਾਲ ਉਹਨਾਂ ਨੇ ਬੇਦਬੀ ਕੀਤੀ ਹੈ ਤਾਂ ਉਹ ਛੱਲੀ ਨਹੀਂ ਜਾਂਦੀ ਕਿਸੇ ਕੋਲੋਂ ਵੀ ਇਹ ਉਹਨਾਂ ਬਹੁਤ ਮਾੜਾ ਕੀਤਾ ਠੀਕ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਗੱਲ ਕਰੂੰਗਾ ਭਾਈ ਵਸਨ ਸਿੰਘ ਜਫਰਵਾਲ ਜੀ ਦੇ ਭਰਾ ਜੀ ਨਾਲ ਸਭ ਤੋਂ ਪਹਿਲਾਂ ਉਹਨਾਂ ਨੂੰ ਫੋਟੇ ਬੁਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਜੋ ਇਸ ਵਕਤ ਪੰਜਾਬ ਦਾ ਮਾਹੌਲ ਬਣਿਆ ਹੋਇਆ ਹੈ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਸਰਕਾਰ ਨੇ ਬਹੁਤ ਹੀ ਮਾੜਾ ਮਾਹੌਲ ਕ੍ਰੀਏਟ ਕੀਤਾ ਹੈ ਹਾਂਜੀ ਤੇ ਸਰਕਾਰ ਹੀ ਸਾਰਾ ਕੁਝ ਕਰਾ ਰਹੀ ਹੈ ਤੇ ਮਤਲਬ ਗਲਤ ਕਰ ਰਹੀ ਹੈ ਸਰਕਾਰ ਤੇ ਹੁਣ ਅਜ ਭਾਈ ਸਾਹਿਬ ਨੂੰ ਚੱਕ ਕੇ ਲੱਗੀ ਆ ਧੱਕਾ ਕਰ ਰਹੀ ਆ ਵੇਖੋ ਜਿਹੜਾ ਕੋਈ ਆਵਾਜ਼ ਉਠਾਰਿਆ ਆਵਾਜ਼ ਨੂੰ ਦਬਾਰੀ ਹੈ ਸਰਕਾਰ ਇਹ ਜਿਸ ਤਰ੍ਹਾਂ ਕੇ ਹੋਰ ਸਿੰਘ ਵੀ ਖੜੇ ਤੁਹਾਨੂੰ ਉਹਨਾਂ ਬਾਰੇ ਵੀ ਜਾਣਕਾਰੀ ਹੈਗੀ ਨਹੀਂ ਹਾਂਜੀ ਜਿੱਦਾਂ ਭਾਈ ਮੋਹਕਮ ਸਿੰਘ ਜੀ ਸਿੰਘ ਸਿੰਘ ਮਾਨ ਸਰਦਾਰ ਜਸਕਰਨ ਸਿੰਘ ਜੀ ਸਤਨਾਮ ਸਿੰਘ ਮਨਾਵਾ ਇਸ ਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹਾਂਜੀ ਜਾਣਕਾਰੀ ਹੈਗੀ ਹੈ ਕੱਲ ਹੀ ਉਹਨਾਂ ਬਾਰੇ ਵੀ ਪਤਾ ਲੱਗਿਆ ਸੀ ਕਿ ਭਾਈ ਸਰਨਾਮ ਸਿੰਘ ਮਨਾਵਾ ਨੂੰ ਤਾਂ ਸਿੰਘ ਮਾਨ ਦੇ ਨਾਲ ਗਏ ਸੀਗੇ ਉੱਥੇ ਮਾਤਾ ਪੜਨ ਵਾਸਤੇ ਕਾਲ ਤੱਕ ਸਾਥ ਤੇ ਉਹਨਾਂ ਨੂੰ ਵੀ ਬਾਹਰ ਨਿਕਲਦਾ ਫੜ ਲਿਆ ਸੀ ਤੇ ਮੌਕਮ 'ਚ ਉਹਨਾਂ ਨੂੰ ਤਾਂ ਉਸੇ ਦਿਨ ਰਾਤ ਨੂੰ ਹੀ 11 ਤਰੀਕ ਨੂੰ ਉਹਨਾਂ ਨੇ 10 ਤਰੀਕ ਨੂੰ ਫੜ ਲਿਆ ਸੀ ਤੇ ਬਾਕੀ ਅੱਜ ਭਾਈ ਸਾਹਿਬ ਨੂੰ ਹੀ ਲੈ ਗਏ ਚੱਕ ਗਰਦਾਸਪੁਰ ਜੇਲ੍ਹ ਚ ਹਾਂਜੀ ਤੁਸੀਂ ਜੇਲ੍ਹ ਵਿੱਚ ਮਿਲਣ ਵਾਸਤੇ ਗਏ ਬਾਅਦ ਹਾਂਜੀ ਮੈਂ ਹੁਣੇ ਉਹਨਾਂ ਨੂੰ ਕੱਪੜੇ ਦੇ ਕੇ ਆਇਆ ਤੇ ਉਹਨਾਂ ਦਾ ਸਮਾਨ ਜੋ ਵੀ ਉਹਨਾਂ ਨੂੰ ਲੜਿੰਦਾ ਸਮਾਨ ਸੀਗਾ ਮੈਂ ਦੇਖ ਕੇ ਹੁਣੇ ਆ ਰਿਹਾ ਹਾਂ ਤੇ ਟਾੜੀ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਇਹੀ ਆ ਕਿ ਉਹ ਕਹਿ ਰਹੇ ਕਿ ਸਰਕਾਰ ਤੇ ਹੁਣ ਬਖਲਾ ਗਈ ਆ ਤੇ ਉਹ ਮਤਲਬ ਹੁਣ ਇਹੀ ਢੰਗ ਤਰੀਕਾ ਵਰਤ ਰਹੀ ਆ ਤੇ ਇਵੇਂ ਕਿਸੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਵੇਖੋ ਜਦੋਂ ਕੌਮ ਨਾਲ ਹੈ ਤੇ ਇਹ ਸਰਕਾਰ ਕੀ ਕਰੇਗੀ ਤਾਂ ਕੀ ਕਰ ਸਕਦੀ ਆ ਜਿਸ ਤਰ੍ਹਾਂ ਆਪਨੇ ਸਿੱਖ ਕੌਮ ਪੂਰੀ ਨੇ ਜੋ ਸਰਬੱਤ ਖਾਲਸਾ ਉਥੇ ਪਿੰਡ ਚੱਬਾ ਵਿੱਚ ਇਕੱਠ ਹੋਇਆ ਤੁਸੀਂ ਸਵਰਗੀ ਜਾਣੇ ਵੇਖੋ ਜੀ ਬੇਸਮਾਰ ਕੱਟ ਸੀਗਾ ਵੇਖੋ ਥੋੜੇ ਸਮੇਂ ਚ ਵੇਖੋ ਸੰਗਤ ਨੂੰ ਇੰਨਾ ਕਿਹਾ ਵੀ ਨਹੀਂ ਜਾ ਸਕਿਆ ਤੇ ਲੋਕ ਆਪ ਮਹਾਰਾਜੇ ਵੇਖੋ ਉੱਥੇ ਕਰੋੜਾਂ ਦੀ ਲੱਖਾਂ ਦੀ ਗਿਣਤੀ ਵਿੱਚ ਉੱਥੇ ਸੰਗਤ ਪਹੁੰਚੀ ਹੋਈ ਸੀ ਤੇ ਹਾਲਾਂਕਿ ਮਤਲਬ ਜਾਣ ਨੂੰ ਵੀ ਉੱਥੋਂ ਜੱਬੇ ਤੋਂ 4 ਕਿਲੋ 5 ਕਿਲੋਮੀਟਰ ਅੱਗੇ ਜਾ ਕੇ ਸਾਈਡ ਤੇ ਸੀਗਾ ਪਰ ਫਿਰ ਵੀ ਲੋਕਾਂ ਦਾ ਇੰਨਾ ਸਾਹ ਸੀਗਾ ਕਿ ਲੋਕ ਤੁਰਦੇ ਵੀ ਉੱਥੇ ਪਹੁੰਚੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਤੁਸੀਂ ਆਪਣੇ ਭਰਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜਨੂੰ ਅੱਜ ਫੜ ਕੇ ਖੜਿਆ ਸਰਕਾਰ ਨੇ ਗੱਲ ਬਹੁਤ ਗਲਤ ਕੀਤਾ ਤੇ ਸੰਬਾਦ ਖਾਲਸਾ ਜਿਹੜਾ ਹੈਗਾ ਇਹ ਵੀ ਸੱਦਿਆ ਗਿਆ ਉੱਥੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀ ਤੇ ਸਰਕਾਰ ਇਹ ਵੇਖ ਕੇ ਹੀ ਘਬਰਾ ਗਈ ਆ ਵੀ ਹੁਣ ਅੱਗੇ ਕੀ ਬਣਨਾ ਜਿਸ ਤਰ੍ਹਾਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਜਪਦੀ ਹੁੰਦੀ ਸੀ ਹਾਂਜੀ ਉਸ ਵਾਰ ਕੀ ਕਹਿਣਾ ਚਾਹੀਦਾ ਉਹ ਬਹੁਤ ਹੀ ਮਾੜੀ ਘਟਨਾ ਕਹੀ ਜਾ ਸਕਦੀ ਆ ਨਿਆਦੇ ਲੋਕ ਸੁਖੀ ਵਸਦੇ ਸੀ ਇਕਦਮ ਇਹਨਾਂ ਨੇ ਸਰਕਾਰ ਨੇ ਚਾਲ ਚਲਾ ਕੇ ਤੇ ਲੋਕਾਂ ਨੂੰ ਸੁਖੀ ਵਸਦੇਆਂ ਨੂੰ ਦੁਖੀ ਕਰਤਾ ਇਕਦਮ ਤੇ ਲੋਕਾਂ ਨਾਲ ਬਹੁਤ ਧੱਕਾ ਕੀਤਾ ਗਿਆ ਅਜੋਨ ਤਾਂ ਮੈਂ ਜੋ ਕਰ ਰਹੇ ਸੀ ਸੰਘਰਸ਼ ਆ ਧਰਨਾ ਦੇ ਰਹੇ ਸੀ ਉਹਨਾਂ ਉੱਤੇ ਨਥਿਆਂ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਸਿੰਘ ਸ਼ਹੀਦ ਕੀਤੇ ਗਏ ਤੇ ਹੁਣ ਮੈਂ ਗੱਲਬਾਤ ਕਰੂੰਗਾ ਭਾਈ ਵਸਨ ਸਿੰਘ ਜਫਰਵਾਲ ਜੀ ਦੇ ਪਤੀ ਜੀ ਨਾਲ ਇਹ ਸਭ ਤੋਂ ਪਹਿਲਾਂ ਫਤਿਹ ਬੁਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਤੁਸੀਂ ਆਪਣੇ ਤਾਇਆ ਜੀ ਬਾਰੇ ਕੀ ਕਹਿਣਾ ਚਾਹੁੰਦੇ ਜੀ ਤਾਇਆ ਜੀ ਕੀ ਜਾਂਦੇ ਰਹੇ ਵੀ ਸਾਰੇ ਸੰਘਰਸ਼ਾਂ ਦੇ ਦਬਰ ਗਾੜੀ ਵੀ ਗਏ ਇੱਥੇ ਵੀ ਗਏ ਜੇ ਤੇ ਅੱਜ ਸਵੇਰੇ ਹੀ ਪੁਲਿਸ ਨੇ ਉਹਨਾਂ ਨੂੰ ਘਰੋਂ ਹੀ ਚੱਕ ਲਿਆ ਜੇ 8:30 ਵਜੇ ਹੀ ਤੇ ਲੈ ਗਏ ਉੱਥੇ ਗਰਦਾਸਪੁਰ ਉੱਥੋਂ ਪੇਸ਼ ਕਰਾ ਕੇ ਤੇ 23 ਤਰੀਕ ਤੱਕ ਉਹਨਾਂ ਨੇ ਕਹਿੰਦੇ ਕਿ ਜੁਡੀਸ਼ੀਅਲ ਰਿਮਾਂਡ ਤੇ ਰੱਖਣਾ ਵਾ ਤੇ ਹੁਣ ਉਦੋਂ ਤੱਕ ਜੇਲ੍ਹ 'ਚ ਜੀ ਅੱਜ ਅਸੀਂ ਕਰਕੇ ਆਈ ਹੁਣਾ ਕਰ ਦੋ ਉਹਨਾਂ ਨਾਲ ਤੇ ਹੁਣ ਗਾੜੀ ਉਹਨਾਂ ਦੀ ਠੀਕ ਇਹ ਜਿਸ ਤਰ੍ਹਾਂ ਦਾ ਆਪਣੇ ਪੰਜਾਬ ਵਿੱਚ ਜਿਹੜੀ ਇਸ ਵਕਤ ਪੂਰੀ ਹਨੇਰੀ ਜੀ ਝੱਲੀ ਹੋਈ ਆ ਕਾਲੀ ਹਨੇਰੀ ਕਿ ਆਪਣੇ ਜਿਹੜੇ ਥਾਂ ਥਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਵਪਦੀ ਹੋ ਰਹੀ ਆ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਗਲਤੀ ਹੋ ਰਿਹਾ ਵੀ ਜੰਨਾ ਵੀ ਹੋਇਆ ਵਾ ਕਿ ਗੁਰਗਨ ਸਾਹਿਬ ਜੀ ਦੇ ਵੀ ਅੰਗ ਪਾੜੇ ਗਏ ਆ ਤੇ ਪਿੰਡਾਂ ਦੇ ਵੀ ਇਦਾਂ ਰੋਲੇ ਗਏ ਤੇ ਜ਼ਿਆਦਾ ਵੀ ਸਰਕਾਰ ਨੇ ਕਰਾਇਆ ਸਾਰਾ ਕੋ ਪਤਾ ਤਾਂ ਹੈ ਹੀ ਆ ਤੇ ਗਲਤ ਹੋਇਆ ਜ਼ਿਆਦਾ ਹੀ ਕੁਝ ਤੇ ਉਹਦੇ ਉਸ ਕਰਕੇ ਗਾੜੀ ਫਿਰ ਕੀ ਹੁਣ ਸਰਬੱਤ ਖਾਲਸਾ ਵੀ ਸੱਦਿਆ ਸੀਗਾ ਤੇ ਹੁਣ ਜੋ ਵੀ ਗਾੜੀ ਉਹਨਾਂ ਦਾ ਫੈਸਲਾ ਹੋ ਉਹਦੇ ਨਾਲ ਹੀ ਜੇ ਹੁਣ ਜਿਸ ਤਰ੍ਹਾਂ ਕਿ ਆਪਣੀ ਸਾਰੀ ਕੌਮ ਨੇ ਸਰਬੱਤ ਖਾਤ ਦਾ ਸਮਾमेलन ਸੱਦਿਆ ਉੱਥੇ ਜੋ ਵੀ ਗੱਲਬਾਤ ਹੋਈ ਜੋ ਵੀ ਉਹਨਾਂ ਨੇ ਨਿਰਣਾ ਲਿਆ ਜੇਸ਼ੇਦਾਰ ਸਾਹ ਪੇ ਥਾਪੇ ਤੇ ਜਿਹੜੇ ਬਿਲਕੁਲ ਜਾਇਜ਼ ਸੀਗੇ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਧੀਆ ਕੀਤਾ ਹੈ ਕਿ ਜਿਹੜੇ ਕਿ ਪਹਿਲੇ ਜੇਸ਼ੇਦਾਰੀ ਵੀ ਪਤਾ ਹੀ ਆ ਕਿ ਗਲਤ ਕਰ ਰਹੀ ਸੀ ਕਿ ਕੋਈ ਵੀ ਸਰਕਾਰ ਦੇ ਥੱਲੇ ਹੀ ਸਾਰੇ ਉਹ ਤੇ ਨਵੇਂ ਥਾਪਕੇ ਹੁਣ ਕੀ ਵਧੀਆ ਕੀਤਾ ਜੇ ਹੁਣ ਗਾੜੀ ਤੇ ਜਿੱਦਾਂ ਕੰਮ ਕਰਨਗੇ ਉਸ ਹਿਸਾਬ ਨਾਲ ਪਤਾ ਲੱਗੂਗਾ ਗਾੜੀ ਕੀ ਕੀ ਕਰਦੇ ਹੁਣ ਕੰਮ ਤੇ ਇਹ ਇਹ ਵਧੀਆ ਕੀਤਾ ਹੈ ਹੁਣ ਕੀ ਜਿਹੜੇ ਵੀ ਥਾਪਿਆ ਜਗਤਾਰ ਸਿੰਘ ਹਵਾਰਾ ਜਾਂ ਹੋਰ ਵੀ ਜਿੰਨੇ ਵੀ ਆ ਤੇ ਗਾੜੀ ਹੁਣ ਵੀ ਟਾਈਮ ਪਾ ਕੇ ਪਤਾ ਲੱਗੂਗਾ ਠੀਕ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਗੱਲਬਾਤ ਕਰੂੰਗਾ ਭਾਈ ਬਸੰਤ ਸਿੰਘ ਜਫਰਵਾਲ ਜੀ ਦੇ ਭਰਾਤੇ ਨਾਲ ਭਾਈ ਸਾਹਿਬ ਜਿੱਦਾਂ ਭਾਈ ਬਸੰਤ ਸਿੰਘ ਜਫਰਵਾਲ ਜਿਹੜੇ ਸੀਗੇ ਉਹ ਖੜਕੂ ਸੰਘਰਸ਼ ਦੇ ਵਿੱਚ ਵੀ ਰਹੇ ਆ ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਕਿੰਨੇ ਸਾਲ ਹੋ ਰਹੇ ਵੇਖੋ ਜੀ 10 12 ਸਾਲ ਪਹਿਲਾਂ ਸੰਘਰਸ਼ ਵਿੱਚ ਰਹੇ ਆ ਖੜਕੂ ਸੰਘਰਸ਼ ਵਿੱਚ ਇੱਥੇ ਤੇ ਵੀ ਖੁੱਦੋਂ ਸਮਾ ਇਦਾਂ ਦਾ ਸੀਗਾ ਜੋ ਕੌਮ ਨੂੰ ਮਤਲਬ ਉਦੋਂ ਵੀ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਉਹਨਾਂ ਦੇ ਮਨਾਂ 'ਚ ਦਰਦ ਸੀਗਾ ਤੇ ਉਹ ਕਰੋਨਿਕਲ ਤੁਰੇ ਤੇ 10 12 ਸਾਲ ਉਹ ਸੰਘਰਸ਼ 'ਚ ਲੜੇ ਫਿਰ ਪਾਕਿਸਤਾਨ 'ਰੇ ਉਸ ਤੋਂ ਬਾਅਦ ਫਿਰ ਸਵਿਟਜ਼ਰਲੈਂਡ 20 ਸਾਲ ਲਗਾਤਾਰ ਉਹ ਕਰ ਤੋਂ ਬਾਹਰ ਰਹੇ ਨੇ ਤੇ ਸੰਘਰਸ਼ ਲੜਿਆ ਇਹ ਕੌਮ ਵਾਸਤੇ ਜਦੋਂ ਉਹ ਖਾਰਗੋ ਸੰਘਰਸ਼ ਵਿੱਚ ਗਏ ਤੇ ਕਿਸੇ ਪਰਿਵਾਰ ਦੇ ਕਿਸੇ ਕੋ ਤੰਗ ਪ੍ਰੇਸ਼ਾਨ ਕੀਤਾ ਹੋਵੇ ਬਿਲਕੁਲ ਬਹੁਤ ਤੰਗੀਆਂ ਦਿੱਤੀਆਂ ਸਾਰੇ ਪਰਿਵਾਰ ਨੂੰ ਕੋਈ ਕਿਸੇ ਥਾਣੇ 'ਚ ਕਿਸੇ ਜੇਲ੍ਹ 'ਚ ਕੋਈ ਕਿਤੇ ਸਾਰੇ ਪਰਿਵਾਰ ਹੀ ਘਰੋਂ ਬੇਕਾਰ ਹੋਇਆ ਘਰ ਵਿੱਚ ਕੋਈ ਜੀਵ ਹੀ ਨਹੀਂ ਸੀ ਰਹਿੰਦਾ ਮਤਲਬ ਇਹਨਾਂ ਤੰਗ ਕੀਤਾ ਸੀਗਾ ਹਰ ਸਾਰੇ ਪਰਿਵਾਰ ਨੂੰ ਜੇਲ੍ਹਾਂ ਵਿੱਚ ਥਾਣਿਆਂ ਵਿੱਚ ਧੱਕੇ ਖਾਣੇ ਪਏ ਜੇ ਇਹ ਸੰਘਰਸ਼ ਵਾਸਤੇ ਠੀਕ ਤੁਸੀਂ ਹੋਰ ਕੋਈ ਸਨੇਹਾ ਕੌਮ ਨੂੰ ਦੇਣਾ ਚਾਹੁੰਦੇ ਹੋ ਇੱਕ ਕੌਮ ਨੂੰ ਸਨੇਹਾ ਇਹ ਦੇ ਰਹੇ ਆ ਕਿ ਕੌਮ ਸਾਰੀ ਇੱਕ ਮਤਲਬ ਇਕੱਤਰ ਹੋ ਕੇ ਤੇ ਇਹਨਾਂ ਦੁਸ਼ਤਾਂ ਤੋਂ ਮਤਲਬ ਕੌਮ ਨੂੰ ਬਚਾਇਆ ਜਾਏ ਜੋ ਇਹ ਗਲਤ ਕਰ ਰਹੇ ਆ ਆਪਣੇ ਆਪ ਹੀ ਆਪੇ ਹੀ ਉਹਨੂੰ ਚੋਲਾ ਪਵਾ ਕੇ ਤੇ ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰਨ ਕਰਕੇ ਤੇ ਆਪੇ ਹੀ ਉਹਨਾਂ ਨੂੰ ਸਰਬੱਤ ਖਾਲਸੇ ਸੱਦ ਕੇ ਖਾਰਜ ਕਰਕੇ ਤੇ ਆਪੇ ਅੱਜ ਉਹਨੂੰ ਮਾਫੀ ਦੇਣ ਦੇ ਇੱਕ ਚੰਦ ਵੋਟਾਂ ਦੀ ਖਾਤਰ ਮਤਲਬ ਸਾਰੀ ਸਿਆਸਤ ਕਰ ਰਹੀ ਹੈ ਸਰਕਾਰ ਤੇ ਮਤਲਬ ਗਲਤ ਕਰ ਰਹੀ ਹੈ ਸਰਕਾਰ ਇਦਾਂ ਕੌਮਨਾ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਇਹ ਵੀ ਸਿੱਖ ਹੈ ਤੇ ਇਹਨਾਂ ਨੂੰ ਇਦਾਂ ਨਹੀਂ ਹੋਣਾ ਚਾਹੀਦਾ ਸਾਰੀ ਜਿਹੜੀ ਸਿੱਖ ਕੌਮ ਨੂੰ ਇਹ ਬਹੁਤ ਜਿਹੜੀ ਗੁੱਸੇ ਦੇ ਲੈ ਰਿਹਾ ਕਿ ਇਹ ਪੰਜ ਸਿੰਘ ਸਹਿਬਾਨ ਨੇ ਜੋ ਫੈਸਲਾ ਦਿੱਤਾ ਸੌਦੇ ਸਾਧ ਦੇ ਬਾਰੇ ਉਹਦੇ ਹੱਕ ਵਿੱਚ ਫੈਸਲਾ ਦਿੱਤਾ ਉਸ ਦੇ ਬਾਰੇ ਜਿਹੜੀ ਸਿੱਖ ਕੌਮ ਜਿਹੜੀ ਪੂਰੀ ਨਾਰਾਜ਼ ਹੋ ਚੁੱਕੀ ਸੀ ਕਿ ਸਾਡੇ ਕੌਮ ਦੇ ਨਾਲ ਜਿਹੜੇ ਸਿੱਖ ਕੌਮ ਦੇ ਨੌਜਵਾਨ ਜਿਹੜੇ ਸੀਗੇ ਉਹ ਉਸ ਸਾਧ ਨੇ ਜਿਹੜੇ ਸੀ ਉਸ ਜੀਤ ਕੀਤੇ ਸੀ ਤੇ ਉਸ ਕੌਮ ਦੇ ਨਾਲ ਕੋਈ ਸਲਾਮ ਮਸਜਿਦ ਵਰ ਕਰਨ ਤੋਂ ਬਗੈਰ ਹੀ ਪੰਜ ਸਿੰਘ ਸਹਿਬਾਨ ਨੇ ਜੋ ਫੈਲਾਤਾਤ ਉਹ ਐਡੇ ਜਿਹੜੀ ਆ ਕੌਮ ਨੂੰ ਬਿਲਕੁਲ ਨਾਮ ਜੂ ਜਿਹੜਾ ਉਹ ਹੋਇਆ ਤੇ ਉਸ ਦਾ ਸਿੱਟਾ ਜਿਹੜਾ ਸੀਗਾ ਉਹ ਬਾਅਦ ਵਿੱਚ ਤਨਤਨ ਗੁਰੂ ਗ੍ਰੰਥ ਸਾਹਿਬ ਦੀ ਵਿਵਦੀ ਹੋਣ ਲੱਗੀ ਤੇ ਉਹ ਜਿਹੜੇ ਸਿੱਖ ਕੌਮ ਜਿਹੜੀ ਬਹੁਤ ਜ਼ਿਆਦਾ ਨਾਰਾਜ਼ ਹੋਈ ਕਿ ਜਿਹੜਾ ਆਪਣਾ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਣ ਵਾਲੇ ਜਿਹੜੇ ਲੋਕ ਸੀ ਉਹ ਇਸ ਸਿੱਖ ਲੋਕ ਜਿਹੜੇ ਸੀ ਉਹ ਬਹੁਤ ਜ਼ਿਆਦਾ ਨਾਰਾਜ਼ ਹੋ ਗਏ ਤੇ ਉਹਨਾਂ ਦੇ ਵਿੱਚ ਇੱਕ ਰੋਸ ਦੀ ਲਹਿਰ ਜਾਗੀ ਤੇ ਉੱਥੇ ਹੀ ਬਰਗਾੜੀ ਵਿੱਚ ਜਦੋਂ ਇਕੱਠਾ ਹੋਇਆ ਤੇ ਉੱਥੇ ਵੀ ਅੰਨੇ ਵਾਲ ਗੋਲੇ ਚਲਾ ਕੇ ਨੌਜਵਾਨ ਸ਼ਹੀਦ ਕੀਤੇ ਤੇ ਕੋਟਕਪੁਰੇ ਅੰਨੇ ਵਾਲ ਗੋਲੀ ਚਲਾ ਕੇ ਉੱਥੇ ਜਿਹੜੇ ਬਹੁਤ ਸਖਤ ਫੱਟੜ ਕੀਤੇ ਗਏ ਉਸ ਤੋਂ ਬਾਅਦ ਜਿਹੜਾ ਸੀ ਉਹ ਬਿਲਕੁਲ ਫੈਸਲਾ ਨਹੀਂ ਹੋਇਆ ਤੇ ਫਿਰ ਜਿਹੜਾ ਸਰਬੱਤ ਖਾਲਸਾ ਦਰਨਾ ਪਿਆ ਤੇ ਉਹ ਸਰਬੱਤ ਖਾਲਸੇ ਵਿੱਚ ਜੋ ਵੀ ਨੰਨਾ ਲਾਇਆ ਗਿਆ ਤੇ ਉਸ ਉਹ ਵੀ ਜਿਹੜਾ ਉਹ ਬਿਲਕੁਲ ਗਵਰਨਮੈਂਟ ਨੂੰ ਚੰਗਾ ਨਹੀਂ ਲੱਗਾ ਇਹ ਪਾਇ ਸਾਹਿਬ ਤੁਸੀਂ ਹੋਰ ਕੋਈ ਗੱਲ ਕਰਨੀ ਚਾਹੁੰਦੇ ਹੋਗੇ ਨਹੀਂ ਹੋਰ ਗੱਲ ਤਾਂ ਬਸ ਇਹੀ ਵੀ ਕੌਮ ਇਹਨਾਂ ਦਾ ਸਾਥ ਦੇਵੇ ਇਹਨਾਂ ਜਿਹੜੀ ਜੋ ਮਤੇ ਉੱਥੇ ਸਰਵਤ ਖਾਲਸੇ ਵਿੱਚ ਲੈ ਲਏ ਨੇ ਨਿਰਨੇ ਲੈ ਗਏ ਆ ਉਹਨਾਂ ਤੇ ਅਮਲ ਕਰੇ ਤੇ ਇਹਨਾਂ ਦਾ ਸਾਥ ਦੇਵੇ ਕਿਉਂਕਿ ਇਹਨਾਂ ਤੋਂ ਮਲਛਡਾਇਆ ਜਾਏ ਤੇ ਮਲਕ ਅਕਾਲ ਤੱਕ ਸਾਡੀ ਮਰਜ਼ਾਦਾ ਜਿਹੜੀ ਆ ਉਹ ਬਹਾਲ ਰੱਖੀ ਜਾਏ ਤੇ ਇਹੀ ਕਹਿਣਾ ਚਾਹੁੰਦੇ ਆ ਹੋਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਨਲ ਦੇਖ ਰਹੇ ਆ ਸਾਰਿਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਅਸੀਂ ਬੈਠੇ ਆ ਭਾਈ ਮੋਹਕਮ ਸਿੰਘ ਜੀ ਦੇ ਘਰ ਵਿੱਚ ਜਿੱਥੇ ਕਿ ਅਮਰਸਾਦੀ ਪੁਲਿਸ ਨੇ ਜੋ ਰਾਤ ਨੂੰ ਭਾਈ ਸਾਜ ਨੂੰ ਗ੍ਰਿਫਤਾਰ ਕੀਤਾ ਤੇ ਇਸ ਵਕਤ ਮੇਰੇ ਨਾਲ ਹਨ ਉਹਨਾਂ ਦੇ ਬੇਟਾ ਜੀ ਤੇ ਉਹਨਾਂ ਦੇ ਧਰਮ ਪਤਨੀ ਜੀ ਸਭ ਤੋਂ ਪਹਿਲਾਂ ਉਹਨਾਂ ਨੇ ਫਦੇ ਬੁਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਭਾਈ ਮੁਕਮ ਸਿੰਘ ਜੀ ਨੂੰ ਰਾਤ ਨੂੰ ਪੁਲਿਸ ਨੇ ਜਦੋਂ ਗ੍ਰਿਫਤਾਰ ਕੀਤਾ ਇੱਕ ਬਹੁਤ ਲੰਬੀ ਪੌੜੀ ਕਿਸੇ ਗਵਾਂਢੀ ਕੋਲ ਲੈ ਕੇ ਜਦੋਂ ਉੱਪਰ ਦੀ ਚੜਕੇ ਤੇ ਉਹ ਇਸ ਘਰ ਦੇ ਵਿੱਚ ਦਾਖਲ ਹੋਏ ਤੇ ਪਰ ਬੀਬੀ ਜੀ ਨੇ ਬਹੁਤ ਜ਼ਿਆਦਾ ਕਿਹਾ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਕਿ ਤੁਸੀਂ ਜਦੋਂ ਥੋੜਾ ਸਵੇਰ ਹੋਗਾ ਤੁਸੀਂ ਉਸ ਵਕਤ ਗ੍ਰਫਤਾਰ ਕਰ ਲਓ ਪਰ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਪਰਿਵਾਰ ਨੂੰ ਪਰੇਸ਼ਾਨ ਕੀਤਾ ਗਿਆ ਤੇ ਇਸੇ ਦੇ ਤਹਿਤ ਮੈਂ ਗੱਲਬਾਤ ਕਰੂੰਗਾ ਬੀਬੀ ਜੀ ਨਾਲ ਤੇ ਉਹਨਾਂ ਦੇ ਬੇੜਾ ਜੀ ਨਾਲ ਤੇ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜੋ ਬਿਲਕੁਲ ਹੀ ਨਜਾਇਜ਼ ਤਰੀਕੇ ਨਾਲ ਇਸ ਇਹਨਾਂ ਨੂੰ ਭਾਈ ਸਾਹਿਬ ਨੂੰ ਫੜਿਆ ਗਿਆ ਤੇ ਸਭ ਤੋਂ ਪਹਿਲਾਂ ਮੈਂ ਸकता ਦੱਸਣਾ ਚਾਹੁੰਦਾ ਕਿ ਜਿਹੜੇ ਪੰਜ ਸਿੰਘ ਸਹਿਬਾਨ ਸੀ ਉਹਨਾਂ ਨੇ ਇਹ ਜਿਹੜਾ ਸੀਗਾ ਇਹ ਸੌਦਾ ਸਾਧ ਨੂੰ ਮਾਫ ਕੀਤਾ ਉਸ ਤੋਂ ਹੀ ਇਹ ਜਦੋਂ ਉਸ ਤੋਂ ਬਾਅਦ ਫਿਰ ਜਿਹੜੇ ਤਨ ਤਨ ਗੁਰੂ ਗ੍ਰੰਥ ਸਾਹਿਬ ਦੇ ਵਿਵਦੀ ਹੁੰਦੇ ਰਹੇ ਉਸ ਦੇ ਤਹਿਤ ਜਿੱਦਾਂ ਪਿੰਡ ਬਰਗਾਲੀ ਵਿੱਚ ਗੋਲੇ ਚੱਲੀ ਉੱਥੇ ਜਿਹੜੇ ਦੋ ਨੌਜਵਾਨ ਜਿਹੜੇ ਸੀ ਉਸਨੂੰ ਕੀਤੇ ਉਸ ਤੋਂ ਬਾਅਦ ਜਿਹੜਾ ਕੋਟਕਪੂਰੇ ਵੀ ਸੰਘਰਸ਼ ਹੋਇਆ 6 ਮਈ ਤਰੀਕੇ ਨਾਲ ਜਿਹੜੇ ਸੰਗਤਾਂ ਕਰ ਰਹੇ ਸੀ ਉੱਥੇ ਵੀ ਅੰਨੇਵਾ ਗੋਲੀਆਂ ਚਲਾ ਕੇ ਬਹੁਤ ਜਿਆਦਾ ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਨੂੰ ਉੱਥੇ ਫਟੜ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਸੀਗਾ ਸਿੱਖ ਸਿੱਖਾਂ ਨੂੰ ਜਿਹੜਾ ਬਿਲਕੁਲ ਨਿਆਂ ਨਹੀਂ ਮਿਲਿਆ ਤੇ ਫਿਰ ਜਿਹੜੇ ਸੀ ਦੋ ਨੌਜਵਾਨ ਜਿਹੜੇ ਸੀਗੇ ਉਹ ਵੀ ਸਕੇ ਭਰਾ ਫੜ ਲੈ ਗਏ ਉਹ ਉਹ ਵੀ ਨਜਾਇਜ਼ ਤੌਰ ਤੇ ਉਹਨਾਂ ਨੂੰ ਫੜਿਆ ਗਿਆ ਤੇ ਫਿਰ ਜਿਹੜੇ ਸਿੱਖਾਂ ਨੇ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਛਡਾਇਆ ਤੇ ਉਹਨਾਂ ਨੂੰ ਜਦੋਂ ਬਿਲਕੁਲ ਸਿੱਖਾਂ ਨੂੰ ਗਿਆਨ ਨਹੀਂ ਮਿਲਿਆ ਤਾਂ ਫਿਰ ਜਿਹੜੇ ਇਸ ਕੇਸ ਪੰਥਕ ਆਗੂ ਉਹਨਾਂ ਨੇ ਇੱਕ ਸਰਬੱਤ ਖਾਲਸਾ ਸਮੇਲਨ ਜਿਹੜਾ ਬੁਲਾਉਣ ਦਾ ਸੰਗਤਾਂ ਨੂੰ ਸੱਦਾ ਦਿੱਤਾ ਤੇ 10 ਤਰੀਕ ਨੂੰ ਜੋ ਸਰਬੱਤ ਖਾਲਸਾ ਸਮੇਲਨ ਹੋਇਆ ਉਸ ਦੇ ਵਿੱਚ ਜਿਹੜੇ ਸੀਗੇ ਤਖਤਾਂ ਦੇ ਜਹੇਦਾਰ ਜਿਹੜੇ ਸੀਗੇ ਉਹ ਜਿਹੜੇ ਪੁਰਾਣੇ ਜਹੇਦਾਰ ਸੀਗੇ ਜਿਨ੍ਹਾਂ ਨੇ ਇੱਕ ਨਜਾਇਜ਼ ਤੌਰ ਤੇ ਉਸ ਸਾਧਨ ਮਾਫ ਕੀਤਾ ਤੇ ਨਵੇਂ ਜਹੇਦਾਰ ਜਿਹੜੇ ਸੀਗੇ ਉਸ ਇੱਕ ਕੌਮ ਨੇ ਜਿਹੜੇ ਸੀਗੇ ਉਹ ਚੁਣੇ ਜਿਦਾਂ ਜਗਤਾਰ ਸਿੰਘ ਜੀ ਹਵਾਰਾ ਉਹ ਸ੍ਰੀ ਅਕਾਲ ਤਖਤ ਦਾ ਜਹੇਦਾਰ ਸਰਬ ਬਣਾਇਆ ਗਿਆ ਤੇ ਭਾਈ ਚਾਨਦ ਸਿੰਘ ਜੀ ਮੰਡ ਜੀ ਨੂੰ ਕਾਰਜਕਾਰੀ ਜਿਹੜਾ ਸੀ ਜਥੇਦਾਰ ਥਾਪਿਆ ਗਿਆ ਤੇ ਕੇਸਗੜ ਸਾਹਿਬ ਦੇ ਜਿਹੜੇ ਜਥੇਦਾਰ ਸੀ ਉਹ ਭਾਈ ਅਮਰੀਕ ਸਿੰਘ ਜੀ ਅਜਨਾਲਾ ਤੇ ਦਮਦਵਾ ਸਾਹਿਬ ਦੇ ਜਿਹੜੇ ਸੀਗੇ ਉਹ ਭਾਈ ਸਾਹਿਬ ਬਾਬਾ ਬਜੀਤ ਸਿੰਘ ਜੀ ਦਾਦੂ ਸਾਹ ਵਾਲੇ ਜਿਹੜੇ ਸੀ ਉਹ ਜਥੇਦਾਰ ਬਣਾਏ ਗਏ ਪਰ ਇਹ ਜਿਹੜਾ ਸੀਗਾ ਜੋ ਵੀ ਪੰਥਕ ਆਗਵਨ ਕੀਤਾ ਤੇ ਉਹ ਜਿਹੜਾ ਗਵਰਨਮੈਂਟ ਨੂੰ ਉਹ ਬਿਲਕੁਲ ਰਾਸ ਨਹੀਂ ਸੀ ਤੇ ਭਾਈ ਧਿਆਨ ਸਿੰਘ ਮੰਡ ਜੀ ਨੇ ਜੋ ਕੱਲ ਸੰਦੇਸ਼ ਸੰਗਤਾਂ ਨੂੰ ਸੁਣਾਇਆ ਤੇ ਉਹ ਵੀ ਇਸ ਚੋਣ ਕਮੇਟੀ ਨੂੰ ਤੇ ਗਵਰਨਮੈਂਟ ਨੂੰ ਰਾਸ ਨਹੀਂ ਆਇਆ ਉੱਥੇ ਹੀ ਕਈ ਜਿਹੜੇ ਸਿਗੇ ਜਿਸਤਰਾ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਭਾਈ ਸਤਰਾਮ ਸਿੰਘ ਜੀ ਮਨਾਵਾ ਧਿਆਨ ਸਿੰਘ ਜੀ ਮੰਡ ਭਾਈ ਮੁਕਮ ਸਿੰਘ ਜੀ ਤੇ ਬਗੀਚਾ ਸਿੰਘ ਜੀ ਬਾਬਾ ਬਜੀਤ ਸਿੰਘ ਜੀ ਤੇ ਬਾਈ ਮਰੀ ਸਿੰਘ ਦੀ ਹੋਰ ਵੀ ਅਨੇਕਾਂ ਜਿਹੜੇ ਸਿੰਘ ਸੀ ਉਹ ਗ੍ਰਫਤਾਰ ਕਰ ਲਏ ਗਏ ਤੇ ਹੁਣ ਮੈਂ ਗੱਲਬਾਤ ਕਰੂੰਗਾ ਕਿ ਇਹ ਸਭ ਤੋਂ ਪਹਿਲਾਂ ਫਤਿਹ ਬੁਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀਬੀ ਜੀ ਜਦੋਂ ਪੁਲਿਸ ਭਾਈ ਸਾਹਿਬ ਨੂੰ ਫੜਨ ਵਾਸਤੇ ਆਏ ਉਸ ਦੇ ਬਾਰੇ ਸੰਤਾਨ ਨੂੰ ਜਾਣਕਾਰੀ ਦੇ ਵੀਰ ਜੀ ਇਸ ਤਰ੍ਹਾਂ ਆ ਕਿ ਪੁਲਿਸ 2:30 ਵਜੇ ਆਈ ਆ ਦਰਵਾਜ਼ੇ ਦਰੂਜੇ ਪੰਨ ਦੀ ਰਹੀ ਆ ਖੜਕਾਉਂਦੀ ਰਹੀ ਆ ਬਹੁਤ ਉਹਨਾਂ ਨੇ ਕੀਤਾ ਪਰ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਵੀਰੇ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਦਿਨ ਚੜ੍ਹੇ ਆਓ ਜੋ ਵੀ ਤੁਸੀਂ ਆਪਣੀ ਕਾਰਵਾਈ ਕਰਨੀ ਆ ਕਰੋ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਕੰਦਾ ਟੱਪ ਕੇ ਪਹਿਲਾਂ ਹੀ ਆ ਚੁੱਕੇ ਸੀ ਉਹ ਗਵਾਂਡੀਆਂ ਦੀ ਪੌੜੀ ਕਿਸੇ ਦੀ ਲਿਆਣ ਕੇ ਉਹਨਾਂ ਨੇ ਕੋਠੇ ਤੇ ਲਈ ਆ ਫਿਰ ਉਹਨਾਂ ਨੇ ਅੰਦਰ ਵੜ ਕੇ ਤਾਲਾ ਤੋੜਿਆ ਵਾ 메ਨ ਗੇਟ ਦਾ 메ਨ ਗੇਟ ਦਾ ਤਾਲਾ ਤੋੜ ਕੇ ਤੇ ਫਿਰ ਉਹਨਾਂ ਨੇ ਅੰਦਰ ਦਾ ਦਰਵਾਜ਼ਾ ਤੋੜਿਆ ਵਾ ਤੁਸੀਂ ਇਹ ਗੱਲ ਦੱਸੋ ਸਾਰੀ ਸਾਧ ਸੰਗਤ ਸਾਰੀ ਸਿੱਖ ਕੌਮ ਔਰ ਇਹ ਜਿਹੜਾ ਬਾਦਲ ਆ ਇਹ ਦੱਸੇ ਕਿ ਇਹਦੇ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਵਾ ਕਿ ਪੁਲਿਸ ਘਰਾਂ ਦੇ ਤਾਲੇ ਤੋੜ ਕੇ ਚੋਰਾ ਮੰਗਵੰਦਰ ਅੰਦਰ ਜਾ ਸਕਦੀ ਆ ਪਹਿਲੀ ਗੱਲ ਤੇ ਇਹ ਆਪੇ ਗੱਲ ਦੱਸੇ ਇਹ ਜੋ ਕਹਿ ਰਿਹਾ ਵਾ ਕਿ ਵੀ ਇਹ ਮਤਲਬ ਜੋ ਕੁਛ ਕੀਤਾ ਇਹਨਾਂ ਨੇ ਗਲਤ ਕੀਤਾ ਵਾ ਪਹਿਲਾਂ ਇਹ ਦੱਸੇ ਵੀ ਇਹ ਕਾਨੂੰਨ ਕਿਹੜਾ ਸੰਵਿਧਾਨ ਚ ਲਿਖਿਆ ਹੋਇਆ ਵਾ ਕਿ ਘਰਾਂ ਦੇ ਤਾਲੇ ਤੋੜ ਕੇ ਪੁਲਿਸ ਜਿਹੜੀ ਆ ਉਹ ਦਰਵਾਜ਼ੇ ਤੋੜ ਕੇ ਅੰਦਰ ਜਾ ਸਕਦੀ ਆ ਅਸੀਂ ਬਾਦਲ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਇਹ ਕਾਨੂੰਨ ਜਿਹੜਾ ਤੂੰ ਬਣਾਇਆ ਵਾ ਇਹ ਦੱਸ ਕਿਹੜਾ ਤੇਰਾ ਕਾਨੂੰਨ ਆ ਇਹ ਤੂੰ ਪੁਲਿਸ ਪ੍ਰਤੀਕਤੀ ਆ ਕਿ ਚੋਰ ਪ੍ਰਤੀ ਕੀਤੇ ਆ ਕਿ ਜਿਹੜੀ ਸਾਡੇ ਨਾਲ ਇਸ ਤਰ੍ਹਾਂ ਦੀਆਂ ਜਿਆਦਤੀਆਂ ਕਰਦੀ ਆ ਸਾਨੂੰ ਇਹ ਨਿਆਂ ਚਾਹੀਦਾ ਵੈ ਇਸ ਗੱਲ ਦਾ ਜੋ ਵੀ ਅਦਾਲਤਾਂ ਵਾ ਜੋ ਇਹਦਾ ਜੋ ਕਾਨੂੰਨ ਮੰਨਵਾਣ ਦਾ ਵਾ ਤਾਂ ਫਿਰ ਸਾਨੂੰ ਇਸ ਗੱਲ ਦਾ ਨਿਆਂ ਦੇਵੇ ਇਹ ਬੀਬੀ ਜੀ ਨੂੰ ਜਿਹੜਾ ਵਾ ਰੋਸ ਪਰਿਵਾਰ ਚ ਪੂਰਾ ਰੋਸ ਆ ਕਿ ਜਿਹੜੇ ਭਾਈ ਸਾਹਿਬ ਜਿਹੜੇ ਬਿਲਕੁਲ ਹੀ ਜਦੋਂ ਉਹਨਾਂ ਨੂੰ ਫੜਨਾ ਚਾਹੀਦਾ ਦਿਨਵੇਂ ਦਿਨ ਦੇ ਟਾਈਮ ਜਿਹੜਾ ਉਸ ਉਹਨਾਂ ਨੂੰ ਹਿਰਾਸਤ ਵਿੱਚ ਲੈਣਾ ਚਾਹੀਦਾ ਚਾਹੀਦਾ ਸੀ ਇੱਕ ਇਸ ਤਰ੍ਹਾਂ ਉਹਨਾਂ ਨੂੰ ਫੜਿਆ ਗਿਆ ਜਿਸ ਤਰ੍ਹਾਂ ਇੱਕ ਬਹੁਤ ਵੱਡਾ ਅਪਰਾਧੀ ਹੰਦਾ ਜਾਂ ਕੋਈ ਹਥਿਆਰਵਾਦ ਹੁੰਦਾ ਵਾ ਇਸ ਤਰ੍ਹਾਂ ਉਹਨਾਂ ਨੂੰ ਜਿਸ ਤਰ੍ਹਾਂ ਉਹ ਫੜਿਆ ਗਿਆ ਤੇ ਹੁਣ ਮੈਂ ਉਹਨਾਂ ਦੇ ਬੇਟਾ ਜੀ ਨਾਲ ਗੱਲਬਾਤ ਕਰੂੰਗਾ ਸਭ ਤੋਂ ਪਹਿਲਾਂ ਫਤਿਹ ਬੁਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਸਾਹਿਬ ਜਦੋਂ ਪੁਲਿਸ ਆਈ ਤੁਸੀਂ ਉਸ ਵਕਤ ਕਿੱਥੇ ਸੀ ਜਦ ਪੁਲਿਸ ਆਈ ਉਸ ਵਕਤ ਮੈਂ ਘਰ ਦੇ ਅੰਦਰ ਹੀ ਸੀ ਤੇ ਪੁਲਿਸ ਸਾਡੇ ਘਰ ਦੀ ਬਾਹਰ ਦੀ ਕੰਧ ਟੱਪ ਕੇ ਅੰਦਰ ਐਂਟਰ ਹੋਈ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਅੰਦਰ ਕਮਰੇ ਦਾ ਦਰਵਾਜ਼ਾ ਜਿਹੜਾ ਲੱਕੜ ਦਾ ਸੀ ਉਹ ਤੋੜ ਦਿੱਤਾ ਟੋੜਨ ਤੋਂ ਬਾਅਦਾਂ ਪੁਲਿਸ ਐਂਟਰ ਹੋਈ ਤੇ ਉਹਨਾਂ ਆਉਂਦਿਆਂ ਸਾਨੂੰ ਸਾਰੇ ਫੈਮਿਲੀ ਨੂੰ ਜਿੱਥੇ-ਜਿੱਥੇ ਵੀ ਕੋਈ ਹੈਗਾ ਸੀ ਉੱਥੇ-ਉਥੇ ਉਹਨਾਂ ਨੇ ਇੱਕ ਵਾਰ ਕੇ ਰਬੰਦੀ ਕਰਕੇ ਤੇ ਅਰੈਸਟ ਕਰ ਲਿਆ। ਬਾਅਦ ਵਿੱਚ ਉਹਨਾਂ ਨੇ ਭਾਈ ਸਾਹਿਬ ਉਸ ਵਕਤ ਇਸ਼ਨਾਨ ਕਰਨ ਜਾ ਰਹੇ ਸੀ ਪਰ ਪੁਲਿਸ ਨੇ ਜ਼ਬਰਦਸਤੀ ਕਿਹਾ ਕਿ ਤੁਸੀਂ ਜਲਦੀ ਕਰੋ ਤੇ ਭਾਈ ਸਾਹਿਬ ਇਸ਼ਨਾਨ ਕੀਤੇ ਬਗੈਰੀ ਚੋਲਾ ਪਾ ਕੇ ਤੇ ਜੋ ਉਹਨਾਂ ਨੇ ਸਜ ਸਮਾਨ ਜੋ ਵੀ ਉਹਨਾਂ ਨੇ ਕੱਪੜੇ ਉਹਨਾਂ ਨੂੰ ਮਿਲੇ ਮੌਕੇ ਤੇ ਉਹ ਲੈ ਕੇ ਤੇ ਪੁਲਿਸ ਉਹਨਾਂ ਨੂੰ ਨਾਲ ਲੈ ਕੇ ਚਲੀ ਗਈ। ਤੇ ਕਿਹੜੇ ਥਾਣੇ ਵਿੱਚ ਖੜੇਗਾ ਪਹਿਲਾਂ ਉਹਨਾਂ ਨੂੰ? ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸਾਨੂੰ ਅੱਜ ਸਵੇਰੇ ਪਤਾ ਲੱਗਾ ਕਿ ਭਾਈ ਸਾਹਿਬ ਜਿਹੜੇ ਸੀ ਉਹ ਇੱਥੇ ਅੰਮ੍ਰਿਤਸਰ ਦੇ ਥਾਣੇ ਦੇ ਵਿੱਚ ਸੀ ਅੱਛਾ ਤੇ ਤੁਸੀਂ ਬਾਅਦ ਵਿੱਚ ਮਗਰ ਗਏ ਹੋਗੇ ਤੇ ਹੁਣ ਇਸ ਵਕਤ ਕਿੱਥੇ ਹੈ ਹੁਣ ਬਾਅਦ ਵਿੱਚ ਅਸੀਂ ਗਏ ਦੁਪਹਿਰੇ ਅਸੀਂ ਮੈਡੀਕਲ ਕਰਾਇਆ ਤੇ ਮੈਡੀਕਲ ਕਰਾਉਣ ਤੋਂ ਬਾਅਦ ਸਾਨੂੰ ਉਹ ਫਿਰ ਕਿਸੇ ਅਣ ਦੱਸੀ ਜਗ੍ਹਾ ਤੇ ਲੈ ਗਏ ਤੇ ਫਿਰ ਉਹਨਾਂ ਨੇ ਸ਼ਾਮੀ ਕੋਈ 5 ਵਜੇ ਦੇ ਕਰੀਬ ਸਾਨੂੰ ਇੱਕ ਕਾਲ ਆਈ ਕਿਉਂਕਿ ਅਸੀਂ ਉਹਨਾਂ ਨੂੰ ਉਹਨਾਂ ਦਾ ਸਮਾਨ ਫੜਾਉਣਾ ਸੀ ਇਸ ਕਰਕੇ ਸਾਨੂੰ 5 ਵਜੇ ਕਾਲ ਆਈ ਕਿ ਸਾਨੂੰ ਲੁਧਿਆਣੇ ਲੈ ਕੇ ਜਾ ਰਹੇ ਹੈ ਤੇ ਫਿਰ ਅਸੀਂ ਉੱਥੇ ਉਹਨਾਂ ਦਾ ਸਮਾਨ ਪਹਚਾਇਆ ਉੱਥੋਂ ਸਾਨੂੰ ਪਤਾ ਲੱਗਾ ਕਿ ਉਹਨਾਂ ਤੇ ਇੱਕ 751 ਦਾ ਕੇਸ ਜੋ ਕਿ ਮਾਮੂਲੀ ਜਿਹਾ ਹੀ ਕੇਸ ਹੈ ਉਹ ਕੇਸ ਪਾ ਕੇ ਤੇ ਉਹਨਾਂ ਨੂੰ ਲੁਧਿਆਣੇ ਜੇਲ੍ਹ ਚ ਸ਼ਿਫਟ ਕਰ ਦਿੱਤਾ ਗਿਆ ਅੰਮ੍ਰਿਤਸਰ ਦੀ ਪੁਲਿਸ ਨੇ ਫੜਿਆ ਅੰਮ੍ਰਿਤਸਰ ਚ ਸਾਡੀ ਰੈਇਸ਼ ਅੰਮ੍ਰਿਤਸਰ ਦੇ ਵਿੱਚ ਜੇਲ੍ਹ ਹੈਗੀ ਆ ਪਰ ਉਹਨਾਂ ਨੂੰ ਫੇਰ ਵੀ ਲੁਧਿਆਣੇ ਸ਼ਿਫਟ ਕੀਤਾ ਤਾਂ ਜੋ ਪਿਛੋਂ ਪਰਿਵਾਰ ਜਿਹੜਾ ਹੋਰ ਹਰਾਸ ਹੋਵੇ ਮੈਂ ਸੰਗਤਾਂ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਨਾਂ ਨਹੀਂ ਲੈ ਸਕਿਆ ਤੇ ਮੈਂ ਹੁਣ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਦੋਂ ਫੜਿਆ ਗਿਆ ਤੇ ਉਹਨਾਂ ਦੀ ਸਿਹਤ ਜਿਹੜੀ ਆ ਉਹ ਕਾਫੀ ਜਿਹੜੇ ਉਹ ਦਿਲ ਦੇ ਮਰੀਜ਼ ਕਰਕੇ ਉਹਨਾਂ ਨੂੰ ਇਸ ਵਕਤ ਹਸਪੀਟਲ 'ਚ ਰੱਖਿਆ ਗਿਆ ਤੁਹਾਨੂੰ ਭਾਈ ਸਾਹਿਬ ਇਸ ਬਾਰੇ ਜਾਣ ਕੇ ਰਹਿਗੇ ਸਰਦਾਰ ਸਿਮਰਜੀਤ ਸਿੰਘ ਮਾਨ ਐ ਇਸ ਵਕਤ ਕਿਹੜੀ ਜਗ੍ਹਾ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਕੱਲ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਪਰ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਹਨਾਂ ਨੂੰ ਗੁਰੂ ਨਾਨਕ ਦੇਵ ਹਸਪੀਟਲ ਦੇ ਆਈ ਸੀ ਯੂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਅੱਜ ਉਹਨਾਂ ਨੇ ਕਮਿਸ਼ਨਰ ਅੰਮ੍ਰਿਤਸਰ ਕਮਿਸ਼ਨਰ ਦੇ ਪੇਸ਼ ਕੀਤਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਕਮਿਸ਼ਨਰ ਵੀ ਇੱਕ ਐਜ਼ ਅ ਜੱਜ ਹੁੰਦਾ ਤੇ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੇ ਆਪਣੇ ਕਾਗਜ਼ ਦਿਖਾਏ ਕਿ ਉਹਨਾਂ ਕੋਲ ਜੁਡੀਸ਼ੀਅਲੀ ਕਾਗਜ਼ ਹੈਗੇ ਸੀ ਹਾਈ ਕੋਰਟ ਦੇ ਜਿਦੇ ਵਿੱਚ ਮੈਂਸ਼ਨ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 1 ਮਹੀਨੇ ਦਾ 1 ਮਹੀਨੇ ਤੋਂ ਪਹਿਲਾਂ ਗ੍ਰਿਫਤਾਰ ਨਹੀਂ ਕਰ ਸਕਦੇ 1 ਮਹੀਨਾ ਤੱਕਰ ਉਹਨਾਂ ਨੂੰ ਕੋਈ ਅਰੈਸਟ ਕਰਨ ਦਾ ਪ੍ਰੋਸੈਸ ਹੈਗਾ ਵਾ ਉਹਦੇ ਤਹਿਤ ਉਹਨਾਂ ਨੂੰ ਪੁਲਿਸ ਨੂੰ ਮਜਬੂਰੀ ਵਸ ਉਹਨਾਂ ਨੂੰ ਰਿਲੀਜ਼ ਕਰਨਾ ਪਿਆ ਤੇ ਉਹਨਾਂ ਦੇ ਨਾਲ ਹਰਵਿੰਦਰ ਸਿੰਘ ਜੀ ਸੰਧੂ ਤੇ ਨਾਲ ਸਿਮਰਨਜੀਤ ਸਿੰਘ ਜੀ ਮਾਨ ਇਹਨਾਂ ਦੋਵਾਂ ਨੂੰ ਉਹਨਾਂ ਨੇ ਰਿਲੀਜ਼ ਕਰ ਦਿੱਤਾ ਤੇ ਭਾਈ ਸਾਹਿਬ ਨੇ ਸਾਨੂੰ ਸਰਦਾ ਸਿੰਘ ਬਾਰੇ ਜਾਣਕਾਰੀ ਦਿੱਤੀ ਆ ਵਿਭਿਤ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਇਸ ਵਕਤ ਜਿਹੜੀ ਪੁਲਿਸ ਆ ਉਹ ਸਿੱਖਾਂ ਨੂੰ ਬਿਲਕੁਲ ਨਿਆ ਨਹੀਂ ਮਿਲ ਰਿਹਾ ਤੇ ਉਹ ਧੱਕੇਸ਼ਾ ਜਿਹੜੀ ਕਰ ਰਹੀ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮਿਰਜੂ ਵੇਖੋ ਪਹਿਲਾਂ ਵੀ ਮੈਂ ਇੱਥੇ ਨਹੀਂ ਸੀ ਕਿ ਬੱਚਿਆਂ ਨੇ ਦਰਵਾਜ਼ਾ ਖੋਲ੍ਹਿਆ ਪਹਿਲਾਂ ਵੀ ਇਹਨਾਂ ਨੂੰ ਇਹਨਾਂ ਨੇ ਲਿਆਵਾ ਜਦੋਂ ਬਾਪੂ ਸੂਰ ਸਿੰਘ ਖਾਲਸਾ ਜੀ ਦੇ ਸਬੰਧ ਦੇ ਵਿੱਚ ਜਦੋਂ ਇਹਨਾਂ ਨੂੰ ਫੜਿਆ ਤੇ ਉਦੋਂ ਵੀ ਇਸ ਤਰ੍ਹਾਂ ਕੀਤਾ ਬੱਚਿਆਂ ਨੇ ਗੇਟ ਖੋਲ੍ਹ ਦਿੱਤਾ ਹਮੇਸ਼ਾ ਹੀ ਅਸੀਂ ਗੇਟ ਖੋਲ੍ਹ ਦਿੰਦੇ ਸੀ ਵੀ ਚਲੋ ਪੁਲਿਸ ਆਈ ਆ ਅਸੀਂ ਗੇਟ ਖੋਲ੍ਹ ਦਈਏ ਹਮੇਸ਼ਾ ਹੀ ਨਾਜਾਇਜ਼ ਤਰੀਕੇ ਨਾਲ ਉਹਦੀ ਹਮੇਸ਼ਾ 12 1 ਵਜੇ ਇਹਨਾਂ ਆਉਣਾ ਵਾ ਕੰਦਾ ਟੱਪ ਕੇ ਆਉਣਾ ਆ ਬੱਚਿਆਂ ਨੇ ਗੇਟ ਖੋਲ੍ਹ ਦਿੱਤਾ ਗੇਟ ਖੋਲ੍ਹਦਿਆਂ ਸਾਰੇ ਇਹਨਾਂ ਬੇਟੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਪੁਲਿਸ ਨੇ ਉਦੋਂ ਬਾਅਦ ਆ ਮੈਂ ਬੱਚਿਆਂ ਨੂੰ ਕਹੇ ਬੇਟਾ ਤੁਸੀਂ ਦਰਵਾਜ਼ਾ ਨਹੀਂ ਖੋਲਣਾ ਪੁਲਿਸ ਆਵੇ ਔਰ ਸਾਨੂੰ ਕਾਨੂੰਨੀ ਕਾਰਵਾਈ ਇਹਨਾਂ ਕੋਲ ਕੋਈ ਲਿਖਤ ਨਹੀਂ ਸੀ ਤੁਸੀਂ ਦੱਸੋ ਵੀ ਇਹ ਬਾਦਲ ਸਾਹਿਬ ਇਹ ਦੱਸਣੋ ਵੀ ਬਿਨਾਂ ਲਿਖਤ ਤੋਂ ਬਿਨਾਂ ਕਿਸੇ ਵਾਰੰਟਰ ਤੋਂ ਤੁਸੀਂ ਕਿਵੇਂ ਬੱਚੇ ਨੂੰ ਬੰਦੇ ਨੂੰ ਗ੍ਰਿਫਤਾਰ ਕਰ ਸਕਦੇ ਜੀ ਇਹ ਸਾਡੇ ਇੱਥੇ ਪੰਜਾਬ ਦੇ ਹਾਲਾਤ ਆ ਬਿਨਾ ਕਿਸੇ ਲਿਖਤ ਪੜ ਤੋਂ ਇਹ ਗ੍ਰਿਫਤਾਰ ਕਰਨ ਆਉਂਦੇ ਆ ਭਾਈ ਮੁਹਕਮ ਸਿੰਘ ਉਹਨਾਂ ਨੂੰ ਔਰ ਉਹਨਾਂ ਨੇ ਵੀ ਕਿਹਾ ਵੀ ਮੈਂ ਕੋਈ ਚੋਰ ਨਹੀਂਗਾ ਮੈਂ ਕੋਈ ਡਾਕੂ ਨਹੀਂ ਮੈਂ ਕੋਈ ਕਾਤਲ ਨਹੀਂ ਹੈਗਾ ਮੈਂ ਇੱਕ ਮਤਲਬ ਅਸੀਂ ਸਿੱਖ ਕੌਮ ਦੇ ਨਾਮ ਦੇ ਨਾਲ ਅਸੀਂ ਹੈਗੇ ਆ ਜਿਹੇ ਸਰਬੱਤ ਖਾਲਸਾ ਕੀਤਾ ਵਾ ਤਾਂ ਅਸੀਂ ਘਰਾਂ ਚ ਬੈਠੇ ਹੋਇਆ ਜੇ ਅਸੀਂ ਕੋਈ ਗਲਤ ਕੰਮ ਕੀਤਾ ਹੁੰਦਾ ਤਾਂ ਅਸੀਂ ਕਿਤੇ ਲੁਕਦੇ ਛਿਪੀਏ ਅਸੀਂ ਚੰਗਾ ਕੰਮ ਕਰਕੇ ਜੋ ਇਸ ਵੇਲੇ ਕੌਮ ਨੂੰ ਲੋੜ ਸੀ ਅਸੀਂ ਉਹ ਕੰਮ ਕੀਤਾ ਵਾ ਅਸੀਂ ਗੁਰੂ ਗ੍ਰੰਥ ਸਾਹਿਬ ਪਿੱਛੇ ਲੜਦੇ ਆ ਨਾ ਕਿ ਅਸੀਂ ਕਿਸੇ ਮਤਲਬ ਗਲਤ ਕੰਮ ਕਰ ਰਹੇ ਆ ਫਿਰ ਵੀ ਇਹਨਾਂ ਨੂੰ ਇਹ ਨਹੀਂ ਮਤਲਬ ਇਹਨਾਂ ਨੂੰ ਕੀ ਕਵਾਂ ਮੈਂ ਇਹਨਾਂ ਨੂੰ ਲੱਲਾ ਬਾਪੂ ਜੀ ਵੱਡੇ ਆ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੂੰ ਐਸ ਗੱਲ ਦੀ ਵੀ ਸ਼ਰਮ ਨਹੀਂ ਆਉਂਦੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਿਵਦੀ ਕਰਦੇ ਆ ਅਸੀਂ ਸੌਦੇ ਸਾਧ ਨੂੰ ਮਾਫ ਕਰਦੇ ਆ ਹਰ ਸਿਮਰਤ ਨੂੰ ਇਲੈਕਸ਼ਨ ਲੜਾਉਣ ਦੀ ਖਾਤਰ ਅਸੀਂ ਸਾਰੇ ਵਾਅਦੇ ਕਰਦੇ ਆ ਫਿਰ ਅਸੀਂ ਸਿੰਘ ਸਾਹਿਬਾਂ ਨੂੰ ਵਰਤਦੇ ਆ ਫਿਰ ਅਸੀਂ ਉਸ ਅਹੁਦੇ ਨੂੰ ਵੀ ਛੋਟੀਆਂ ਕਰਦੇ ਆ ਫਿਰ ਇਹ ਕਹਿੰਦੇ ਆ ਕਿ ਅਸੀਂ ਕੁੱਟੀਆਂ ਵੀ ਮਾਰ ਲਈਏ ਤੇ ਰੋਵੇ ਵੀ ਕੋਈ ਨਾ ਇਹ ਇਸ ਮਤਲਬ ਸਰਕਾਰ ਦੀ ਨੀਤੀ ਹੈਗੀ ਆ ਤੇ ਵੇਖੋ ਇਹ ਸਰਕਾਰ ਦੇ ਅੱਗੇ ਅੱਜ ਤੋਂ 30 ਸਾਲ ਹੋ ਗਏ ਸਾਨੂੰ ਇਸੇ ਸੰਘਰਸ਼ ਦੇ ਵਿੱਚ ਅਸੀਂ ਇਹਨਾਂ ਦੀ ਕੁੱਟਮਾਰ ਖਾ ਰਹੇ ਆ ਪਰ ਅਸੀਂ ਆਪਣੀ ਗੱਲ ਕਰ ਰਹੇ ਆ ਤੇ ਹੁਣ ਵੀ ਕਰਦੇ ਆ ਤੇ ਗਾਂ ਵੀ ਕਰਦੇ ਰਵਾਂਗੇ ਜਦ ਤੱਕ ਪਰਮੇਸ਼ਰ ਨੇ ਸਵਾਸ ਦਿੱਤੇ ਆ ਇਹ ਲੜਾਈ ਅਸੀਂ ਇਸ ਤਰ੍ਹਾਂ ਹੀ ਲੜਦੇ ਰਵਾਂਗੇ ਜੋ ਮਹਾਂਪੁਰਖ ਸਾਨੂੰ ਸੰ ਜਰਨੈਲ ਸਿੰਘ ਜੀ ਪੁਰਨੇ ਦੇ ਗਏ ਆ ਵੀ ਆਪਣਾ ਮਤਲਬ ਨਾ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਦਾ ਭੈ ਬਰਦਾਸ਼ਤ ਕਰਨਾ ਆ ਜਦੋਂ ਤੁਹਾਡੇ ਬੇਟੇ ਜੀ ਨੂੰ ਕੁੱਟਿਆ ਗਿਆ ਜਦੋਂ ਬਾਪੂ ਸੂ ਸਿੰਘ ਦਾ ਸੰਘਰਸ਼ ਚੱਲ ਰਿਹਾ ਸੀ ਹੁਣ ਵੀ ਚੱਲ ਰਿਹਾ ਇਹ ਉਦੋਂ ਉਹਨਾਂ ਨੂੰ ਟਾਡੇ ਪੇਟਾ ਜੀ ਨੇ ਕੁੱਟਿਆ ਇੱਕਦਮ ਕੁੱਟਿਆ ਹਾਂਜੀ ਉਦੋਂ ਹੀ ਕੁੱਟਿਆ ਵਾ ਉਦੋਂ ਬੱਚੇ ਨੇ ਦਰਵਾਜ਼ਾ ਖੋਲ੍ਹਿਆ ਸ਼ਰਾਬ ਨਾਲ ਰੱਜੀ ਹੋਈ ਸੀ ਸਾਰੀ ਪੁਲਿਸ ਉਹਨਾਂ ਨੇ ਆਉਂਦਿਆਂ ਕੁਝ ਨਹੀਂ ਵੇਖਿਆ ਉਹਨਾਂ ਕਹਿੰਿਆ ਗੇਟ ਪਹਿਲਾਂ ਕਿਉਂ ਨਹੀਂ ਸੀ ਖੁੱਲਾ ਦੱਸੋ ਤੁਸੀਂ ਵੀ ਸਾਨੂੰ ਕੋਈ ਵਾਰੰਟੀ ਨਹੀਂ ਕੋਈ ਸਾਨੂੰ ਕੋਈ ਜਾਣਕਾਰੀ ਨਹੀਂ ਤੁਸੀਂ 12 ਵਜੇ ਤੱਕ ਗੇਟ ਕਿਵੇਂ ਖੁੱਲਾ ਰੱਖੀਗੇ ਇਹੋ ਜਿਹੇ ਇਹ ਹਰਕਤਾਂ ਕਰਦੇ ਆ ਆਪ ਸਾਰੇ ਕਾਨੂੰਨ ਛਿੱਕੇ ਟੰਗੇ ਹੋਇਆ ਪਰ ਜੇ ਕੋਈ ਸੱਚ ਦੀ ਆਵਾਜ਼ ਠਾਉਂਦਾ ਆ ਤੇ ਉਹਨੂੰ ਕਹਿੰਦੇ ਕਿ ਅਸੀਂ ਇਹਨੂੰ ਮਤਲਬ ਕਾਨੂੰਨੀ ਹੱਥ ਚ ਲੈਣ ਦੇਵਾਂਗੇ ਕਾਨੂੰਨ ਚ ਹੱਥ ਚ ਕੋਈ ਵੀ ਨਹੀਂ ਲੈ ਰਿਆ ਕਾਨੂੰਨ ਤੇਰੇ ਹੱਥ 'ਚ ਜੇ ਤੂੰ ਕਾਨੂੰਨ ਦੀ ਦੁਰਵਰਤੋਂ ਕਰ ਰਿਹਾ ਵਾ ਸਿਰਫ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਸਾਬ ਦੁਰਵਰਤੋਂ ਕਰ ਰਹੇ ਆ ਬਾਕੀ ਸਾਰੇ ਸਿੱਖ ਕੌਮ ਆਪਣੇ ਸੰਜਮ ਦੇ ਵਿੱਚ ਤੁਹਾਨੂੰ ਪਤਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਅਸਾਚੇ ਪਾਸ਼ੇ ਦੀ ਉੱਤੇ ਵਿਅਪਦੀ ਹੋਈ ਆ ਸਿੱਖ ਸੰਗਤਾਂ ਪ੍ਰਸ਼ਾਦਾ ਵਰਤਾਰ ਰਹੀ ਆਵਾ ਸਿਮਰਨ ਕਰ ਰਹੀ ਆਵਾ ਉਹਨੂੰ ਗੋਲੀਆਂ ਨਾਲ ਪੁੰਨਿਆ ਜਾ ਰਿਹਾ ਵਾ ਤੁਸੀਂ ਦੱਸੋ ਵੀ ਕਾਂਗਰਸ ਤੇ ਜਬਾਦਲ 'ਚ ਕੀ ਫਰਕ ਐ ਇਸ ਗੱਲ ਦੇ ਵਿੱਚ ਜੇ ਕੋਈ ਹੈਗਾ ਤੇ ਦੱਸੋ ਪਹਿਲਾਂ ਜੇ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਮਹਾਰਾਜ ਦੀ ਬੇਵਫਾਈ ਕੀਤੀ ਗੁਰੂ ਘਰਾਂ ਤੇ ਮਤਲਬ ਸਭ ਕੁਝ ਕੀਤਾ ਕਾਂਗਰਸ ਤੇ ਬਾਦਲ ਇਹ 'ਚ ਕੋਈ ਫਰਕ ਹੈਗਾ ਤੇ ਦੱਸੋ ਇਹ ਉਹੀ ਕੁਛ ਇਹ ਦੇਹ ਤੱਕ ਗੁਰੂ ਧੰਮ ਨੂੰ ਜਦੋਂ ਇਹਦੀ ਸਰਕਾਰ ਆਉਂਦੀ 78 ਤੋਂ ਲੈ ਕੇ ਅੱਜ ਤੱਕ ਇਹਦੇ ਹੀ ਰਾਜ ਦੇ ਵਿੱਚ ਜਿਹੜਾ ਵਾ ਗੁਰੂ ਧੰਮ ਫੈਲਦਾ ਵਾ ਆਸੂ ਤੋਸੀਗਾ ਉਹ ਇਹਦੇ ਰਾਤ ਚ ਫੈਲਿਆ ਸੌਦੇ ਵਾਲਾ ਸਾ ਇਹਦੇ ਦੇ ਵਿੱਚ ਆਇਆ ਤੁਸੀਂ ਦੱਸੋ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਾਣੇ ਨਾਲ ਕਰਦਾ ਵਾ ਮੁੜ ਕੇ ਉਹਨੂੰ ਮਾਫ ਕਰਨ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਵਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਅਸੱਚੇ ਪਾਤਸ਼ਾਹ ਦੀਆਂ ਜੜਾਂ ਪੁੱਟਣਗੇ ਸੰਗਤ ਅੱਗੇ ਇਹੀ ਅਰਦਾਸ ਆ ਕਿ ਇਹੀ ਅਰਦਾਸ ਕਰੋ ਗੁਰਦੁਆਰੇ ਸਭਾਂ ਚ ਵੀ ਇਹੀ ਅਰਦਾਸ ਕਰੋ ਵੀ ਸਤਿਗੁਰੂ ਸੱਚੇ ਪਾਸ਼ਾ ਇਹਨੇ ਤੇਰੀ ਪੱਗ ਨੂੰ ਹੱਥ ਪਾਇਆ ਵਾ ਤੇ ਇਹਦੀ ਤੂੰ ਹੀ ਅੰਤ ਕਰਨਾ ਵਾ ਬਸ ਇਹੀ ਸਾਡੀ ਸੰਗਤ ਅਗੇ ਅਰਦਾਸ ਆ ਕਿਉਂਕਿ ਸਾਨੂੰ ਬਹੁਤਾ ਤੇ ਕੁਝ ਕਹਿਣਾ ਨਹੀਂ ਆਉਂਦਾ ਤੇ ਬਾਕੀ ਇਹ ਆ ਵੀ ਜਿਹੜੇ ਇਹਨਾਂ ਨੇ ਸਿੰਘ ਰਿਆ ਕਰਨ ਜਿਹੜੇ ਇਹਨਾਂ ਨੇ ਫੜੇ ਆ ਸਿੰਘ ਸਾਹਿਬ ਭਾਈ ਮਾਨਸ ਸਾਹਿਬ ਸ੍ਰੀਨਾਮ ਸਿੰਘ ਮਨਾਵਾ ਜਸਕਰਨ ਸਿੰਘ ਭਾਈ ਮੋਹਕਮ ਸਿੰਘ ਜਿੰਨੇ ਵੀ ਸਿੰਘ ਫੜੇ ਆ ਇਸ ਸੰਬੰਧ ਦੇ ਵਿੱਚ ਇਹਨੂੰ ਆਪਣੇ ਆਪ ਇੱਕ ਸ਼ਰਮ ਆਉਣੀ ਚਾਹੀਦੀ ਆ ਵੀ ਇੰਨੇ ਵੱਡੇ ਇਕੱਠ ਨੇ ਸਿੰਘ ਸਾਹਿਬ ਬਣਾਏ ਹੋਣ ਹਨਾਂ ਤੇ ਉਹ ਬਖਲਾਟ ਚ ਆਇਆ ਉਹਨਾਂ ਨੂੰ ਮਤਲਬ ਮਾਨਤਾ ਦੇਣੀ ਚਾਹੀਦੀ ਇਹਨੂੰ ਸ਼ਰਮ ਆ ਜਾਣੀ ਚਾਹੀਦੀ ਆ ਕਿ ਇਹਨਾਂ ਨੂੰ ਸੰਗਤ ਨੇ ਮਾਨਤਾ ਦੇ ਦਿੱਤੀ ਆ ਤੇ ਸੰਗਤ ਵੱਡੀ ਆ ਤੇ ਮੈਨੂੰ ਇਹ ਗੱਲ ਦੇ ਥੱਲੇ ਨਾ ਮਤਲਬ ਸਿਰ ਝੁਕਾ ਦੇਣਾ ਚਾਹੀਦਾ ਵੀ ਇਹਨੂੰ ਸੰਗਤ ਨੇ ਮਾਨਤਾ ਦੇ ਦਿੱਤੀ ਆ ਇਸ ਕਰਕੇ ਅਸੀਂ ਤੇਹੀ ਬੇਨਤੀ ਕਰਾਂਗੇ ਸਾਰੇ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਵੀ ਤੁਸੀਂ ਇਕੱਠੇ ਹੋ ਕੇ ਇਹ ਹਮਲਾ ਮਾਰੋ ਵੀ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਦੀ ਜਿਹੜੀ ਮਤਲਬ ਮਰਜ਼ਾਦਾ ਵਾ ਉਹਦੇ ਮੁਤਾਬਕ ਆਪਾਂ ਇਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਅਰਦਾਸ ਕਰੀਏ ਵੀ ਇਹਨੂੰ ਸਜ਼ਾ ਦੇਵੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਭਾਈ ਮੋਹਕਮ ਸਿੰਘ ਜੀ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਗੁੱਸਾ ਬੀਬੀ ਉਹਨਾਂ ਨੂੰ ਗੁੱਸਾ ਕਿਉਂਕਿ ਇਹ ਆਪਣੇ ਹੀ ਜਿਹੜੇ ਆਪਾਂ ਇਹਨਾਂ ਨੂੰ ਪੰਥਕ ਜਿਹੜੀ ਸਰਕਾਰ ਸੀਗੀ ਜਾਂ ਪੁਲਿਸ ਵਾਲੇ ਇਹ ਜਿਹੜੇ ਆ ਸਾਨੂੰ ਇਹ ਬਹੁਤ ਜਦੋਂ ਫੜਦੇ ਆ ਤੇ ਬਹੁਤ ਜਦਾ ਬੁਰੀ ਤਰ੍ਹਾਂ ਫੜਦੇ ਆ ਇਹਨਾਂ ਨੂੰ ਜਦੋਂ ਕੋਈ ਕਾਰਵਾਈ ਕਰਿੰਦੀ ਜਾਂ ਕਿਸੇ ਨੂੰ ਫੰਡਦਾ ਇਹ ਜਦਾਂ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਵਾ ਕਿ ਬਿਲਕੁਲ ਹੀ ਜਿਹੜਾ ਨਜਾਇਜ਼ ਤੌਰ ਤੇ ਫੜਦਿਆ ਇਹ ਬਹੁਤ ਜਿਆਦਾ ਮਾੜੀ ਗੱਲ ਆ ਕਾਨੂੰਨੀ ਤੌਰ ਤੇ ਜਦੋਂ ਵੀ ਕਿਸੇ ਨੂੰ ਫੜਨਾ ਤੇ ਕਾਨੂੰਨੀ ਤੌਰ ਤੇ ਫੜਨਾ ਜਿਹਦਾ ਇਸ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਨ ਚਾਹੁੰਦਾ ਕਿ ਇਸ ਤਰ੍ਹਾਂ ਜਿਹੜਾ ਉਹ ਨਜਾਇਜ਼ ਜਿਹੜਾ ਉਹ ਨਾ ਕੀਤਾ ਜਾਵੇ ਜਦੋਂ ਵੀ ਕਿਸੇ ਨੂੰ ਫੜਨਾ ਉਹ ਜਿਹੜਾ ਦਿਨ ਵੇਲੇ ਹੀ ਫੜਿਆ ਜਾਵੇ ਕਿਉਂਕਿ ਇਹ ਕਿਹੜੇ ਕੋਈ ਅਪਰਾਧੀ ਆ ਇਹ ਬੀਬੀ ਜੀ ਤੁਸੀਂ ਸਿੱਖ ਚੈਨਲ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਧੰਨੀ ਮੈਂ ਸਮੁੱਚੀ ਸਾਧ ਸੰਗਤ ਨੂੰ ਸਮੁੱਚੀ ਸਿੱਖ ਕੌਮ ਤੋਂ ਮੈਂ ਮਾਫੀ ਚਾਹੁੰਨੀ ਆ ਕਿ ਜੇ ਕੋਈ ਬਾਤ ਘੱਟ ਲਫ਼ਜ਼ ਨਿਕਲ ਗਿਆ ਵਾ ਕਿਉਂਕਿ ਮੈਂ ਕਦੀ ਟੀਵੀ ਤੇ ਜਾਂ ਕਿਸ ਤਰ੍ਹਾਂ ਮੋਲੀ ਨਹੀਂ ਗਈ ਇਸ ਕਰਕੇ ਮੈਂ ਸਮੁੱਚੀ ਸਿੱਖ ਸੰਗਤੋਂ ਹੱਥ ਜੋੜ ਕੇ ਨਿਮਰਤਾ ਸਹਿਤ ਮਤਲਬ ਮਾਫੀ ਚਾਹੁੰਨੀ ਆ ਬਾਕੀ ਜਿਹੜੀ ਇਹ ਬਾਦਲ ਹੋਣੀ ਆ ਇਹ ਕਾਂਗਰਸ ਤੇ ਬਾਦਲ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਦੋਨੋਂ ਹੀ ਇੱਕੋ ਜਿਹੇ ਆ ਉਹ ਲੁਕਵੇਂ ਵਾਰ ਇਹ ਲੁਕਵੇਂ ਵਾਰ ਕਰਦਾ ਉਹ ਸਾਹਮਣੇ ਵਾਰ ਕਰਦਾ ਬਸ ਦੁਸ਼ਮਣ ਦੋਨੋਂ ਹੀ ਸਿੱਖ ਕੌਮ ਦੇ ਆ ਇਹ ਸਿੱਖੀ ਦਾ ਪਹਿਰਾਵਾ ਆ ਜਾਂ ਨਾ ਕਿ ਸਿੱਖਿਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਭਾਈ ਸਾਹਿਬ ਜੀ ਦਾ ਸੰਦੇਸ਼ ਦੇਣਾ ਚਾਹਣਾ ਵਾਂ ਕਿ ਭਾਈ ਸਾਹਿਬ ਨੇ ਆਖਿਆ ਕਿ ਜੋ ਵੀ ਪ੍ਰਕਾਸ਼ ਸਿੰਘ ਬਦਲ ਕਰ ਰਿਹਾ ਵਾ ਇਹ ਬਿਲਕੁਲ ਹੀ ਗੈਰ ਕਾਨੂੰਨੀ ਆ ਤੇ ਲੋਕ ਇਹਦੀਆਂ ਚਾਲਾਂ ਦੇ ਵਿੱਚ ਨਾ ਆਉਣ ਤੇ ਅਮਨ ਸ਼ਾਂਤੀ ਨੂੰ ਬਿਲਕੁਲ ਵੀ ਭੰਗ ਨਾ ਕੀਤਾ ਜਾਵੇ ਇਹ ਫਿਰ ਤੋਂ ਕਾਲਾ ਦਰ ਲੈ ਆਉਣਾ ਚਾਹੁੰਦਾ ਵਾ ਪਰ ਅਸੀਂ ਲੋਕਾਂ ਨੂੰ ਤੇ ਅਸੀਂ ਇਸ ਗੱਲ ਤੋਂ ਸੁਚੇਤ ਹੈਗੇ ਆਂ ਇਸ ਲਈ ਅਸੀਂ ਸਾਰੇ ਸੇਕ ਕੋਮ ਅੱਗੇ ਅਪੀਲ ਕਰਦੇ ਆਂ ਕਿ ਇਹੋ ਜੇ ਸਮੇਂ ਸ਼ਾਂਤੀ ਬਣਾਈ ਰੱਖਣ ਤੇ ਦੂਸਰਾ ਉਹਨਾਂ ਨੇ ਇਹ ਸਵਾਲ ਚੁੱਕਿਆ ਕਿ ਭਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੂੰ ਲੱਖਾਂ ਬੰਦਿਆਂ ਨੇ ਇਕੱਠ ਨੇ ਇਹ ਮਾਨਤਾ ਦਿੱਤੀ ਹੋਵੇ ਉਹਨਾਂ ਨੂੰ ਇਹਨਾਂ ਨੇ ਅਰੈਸਟ ਕੀਤਾ ਵਾ ਜਿਹੜੇ ਕਿ ਅਕਾਲ ਤਖਤ ਸਾਹਿਬ ਇੱਕ ਸਾਡੀ ਸੁਪਰੀਮ ਆ ਉਹ ਖੁਦ ਦੇ ਵਿੱਚ ਇੱਕ ਅਦਾਲਤ ਆ ਇੱਕ ਅਦਾਲਤ ਸਾਡੇ ਸਿੱਖਾਂ ਦੀ ਸੁਪਰੀਮ ਅਦਾਲਤ ਨੂੰ ਦੂਸਰੀ ਹਿੰਦੁਸਤਾਨ ਦੇ ਕਾਨੂੰਨ ਦੀ ਅਦਾਲਤ ਦੇ ਅਧੀਨ ਕਰ ਦਿੱਤਾ ਉਹਨਾਂ ਨੂੰ ਜਥੇਦਾਰਾਂ ਨੂੰ ਗ੍ਰਿਫਤਾਰ ਕਰਕੇ ਤੇ ਉਹ ਵੀ ਇੱਕ ਨਿੱਕੇ ਜਿਹੇ 751 ਦੇ ਕੇਸ ਦੇ ਵਿੱਚ ਜੋ ਕਿ ਬਿਲਕੁਲ ਹੀ ਕਿਸੇ ਲੜਾਈ ਝਗੜੇ ਦਾ ਕੇਸ ਹੁੰਦਾ ਵਾ ਕਿ ਭਈ ਅਸੀਂ ਆਂਢ-ਗੁਆਂਢੀਆਂ ਨਾਲ ਲੜ ਪਏ ਤੋ ਉਸ ਕੇਸ ਦੇ ਵਿੱਚ ਇਹਨਾਂ ਨੇ ਸਤਕਤਾਂ ਦੇ ਜਿਹੇ ਧਾਰਾਂ ਦੀ ਜੋ ਤੋਹੀਣ ਕੀਤੀ ਆ ਉਹਦੇ ਲਈ ਸੰਪੰਥ ਇਹਨਾਂ ਨੂੰ ਕਦੀ ਮਾਫਨਾ ਕਰੇ ਤੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ। ਇਹ ਭਾਈ ਸਾਹਿਬ ਨੇ ਬਹੁਤ ਵਧੀਆ ਸੰਦੇਸ਼ ਜਿਹੜਾ ਉਹ ਭੇਜਿਆ ਵਾ ਤੇ ਭਾਈ ਸਾਹਿਬ ਨੇ ਕਿਹਾ ਕਿ ਜਿਹੜੀ ਸੰਗਤ ਆ ਪੂਰੀ ਉਹ ਸ਼ਾਂਤੀ ਦੇ ਨਾਲ ਹੀ ਰਵੇ। ਇਹ ਹਰੀ ਭਾਈ ਸਾਹਿਬ ਜਿਸ ਤਰ੍ਹਾਂ ਜਿੱਦਾਂ ਮੇਰੇ ਕੋਈ ਕਈ ਸਿੰਘਾਂ ਦੇ ਨਾਂ ਰਹਿ ਗਏ ਜਿੱਦਾਂ ਭਾਈ ਗੁਰਦੀਪ ਸਿੰਘ ਜੀ ਬਠਿੰਡਾ ਜਾਹੋਰ ਗੀ ਸਿੰਘ ਹੈ ਤੁਹਾਨੂੰ ਕੋਈ ਜਾਣਕਾਰ ਹੈ ਕਿ ਜਦੋਂ ਤੁਹਾਡੇ ਭਾਈ ਸਾਹਿਬ ਨੂੰ ਖੜਿਆ ਭਾਈ ਮੋਹਕਮ ਸਿੰਘ ਜੀ ਨੂੰ ਉਸ ਵਕਤ ਕਿੰਨੇ ਸਿੰਘ ਸੀਗੇ ਜਦੋਂ ਤੁਸੀਂ ਉਹਨਾਂ ਨੂੰ ਮਿਲਣ ਵਾਸਤੇ ਗਏ ਜਦੋਂ ਅਸੀਂ ਆਪਣਾ ਭਾਈ ਮੋਹਕਮ ਸਿੰਘ ਜੀ ਨੂੰ ਉੱਥੇ ਮਿਲਣ ਗਏ ਇੱਥੇ ਬਾਹਰਲੇ ਪਾਸੇ ਸ਼ਹਿਰ ਦੇ ਹੈਗਾ ਵਾ ਦਬੁਰਜੀ ਥਾਣਾ ਤੇ ਉੱਥੇ ਅਸੀਂ ਤਕਰੀਬਨ ਕੋਈ 4-500 ਦੇ ਕਰੀਬ ਜਿਹੜਾ ਸਿੰਘ ਸੀ ਉਹ ਭਾਈ ਸਾਹਿਬ ਦੇ ਨਾਲ ਹਾਜ਼ਰੀ ਭਰਨ ਉੱਥੇ ਗਿਆ ਤੇ ਉਥੇ ਸਾਨੂੰ ਜੋ ਜਾਣਕਾਰੀ ਮਿਲੀ ਉਸ ਦੇ ਮੁਤਾਬਕ ਸਾਰੇ ਜਿੰਨੇ ਵੀ ਇਹ ਪ੍ਰਮੁੱਖ ਆਗੂ ਸੀ ਸਾਰਿਆਂ ਨੂੰ ਵੱਖਰੀ ਵੱਖਰੀ ਜਿਲ੍ਹਾਂ ਦੇ ਵਿੱਚ ਭੇਜ ਦਿੱਤਾ ਗਿਆ ਤੇ ਉਦੋਂ ਭਾਈ ਸਾਹਿਬ ਦੇ ਨਾਲ ਕਿੰਨੇ ਸਿੱਖ ਸਿੰਘ ਹੋਰ ਹੋਰ ਸੀਗੇ ਭਾਈ ਸਾਹਿਬ ਦੇ ਨਾਲ ਇੱਥੇ ਅੰਮ੍ਰਿਤਸਰ ਦੇ ਜਿਹੜੇ ਸਿਟੀ ਹੈ ਇਹਦੇ ਵਿੱਚ ਭਾਈ ਸਾਹਿਬ ਦੇ ਨਾਲ ਆਪਣਾ ਮਾਨਯੋਗ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਉਹ ਸੀ ਉਹਨਾਂ ਦੇ ਨਾਲ ਸਤਨਾਮ ਸਿੰਘ ਜੀ ਮਣਾਵਾ ਸੰਤ ਦਾਦੂਵਾਲ ਜੀ ਉਸ ਤੋਂ ਇਲਾਵਾ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਤੇ ਆਪਣਾ ਜਿਹੜੇ ਹੈਗੇ ਆ ਸਕੰਦਰ ਸਿੰਘ ਜੀ ਇਹ ਸਾਰੇ ਮੌਜੂਦ ਸੀ ਇਹ ਸਾਰੇ ਜੋ ਸਿੰਘ ਸਾਹਿਬ ਸੀ ਉਹਨਾਂ ਨੂੰ ਵੱਖਰੇ ਵੱਖਰੇ ਜ਼ਿਲ੍ਹਾ ਚ ਖੜਾ ਗਿਆ ਜਿੱਦਾਂ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਉਹਨਾਂ ਨੂੰ ਪੱਟੀ ਚ ਖੜਾ ਗਿਆ ਪੱਟੀ ਜੇਲ੍ਹ ਵਿੱਚ ਤੇ ਜਿਹੜੇ ਸੀਗੇ ਭਾਈ ਅਮਰੀਕ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਉਹਨਾਂ ਨੂੰ ਫਰੋਜ਼ਪੁਰ ਜ਼ਿਲ੍ਹੇ 'ਚ ਖੜਿਆ ਗਿਆ ਕਿ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਅਮਰਿਕ ਸਿੰਘ ਭਾਈ ਮੋਹਕਮ ਸਿੰਘ ਜਿਹਨੂੰ ਲੁਧਿਆਣੇ ਖੜਿਆ ਗਿਆ ਇਸ ਤਰ੍ਹਾਂ ਹੀ ਵੱਖਰੇ ਵੱਖਰੇ ਜ਼ਿਲ੍ਹਿਆਂ ਵਿੱਚ ਜਿੱਦਾਂ ਖੜਿਆ ਗਿਆ ਤੇ ਭਾਈ ਸਤਨਾਮ ਸਿੰਘ ਜੀ ਮਨਾਵਾ ਜੀ ਨੂੰ ਪਠਾਨਕੋਟ ਜੇਲ੍ਹ ਜਿਹੜੀ ਉੱਥੇ ਖੜਿਆ ਗਿਆ ਇਸ ਤਰ੍ਹਾਂ ਹੀ ਸਾਰਿਆਂ ਨੂੰ ਵੱਖਰੇ ਵੱਖਰੇ ਜ਼ਿਲ੍ਹੇ 'ਚ ਖੜਿਆ ਗਿਆ ਹਾਂਜੀ ਤੁਸੀਂ ਕੀ ਕਹਣਾ ਚਾਹਦੇ ਹੋ ਪਾਈ ਜਸਕਰਨ ਸਿੰਘ ਜੀ ਨੂੰ ਰੋਪੜ ਖੜਿਆ ਗਿਆ ਤੇ ਸਰਦਾਰ ਵਸਨ ਸਿੰਘ ਜਫਰਵਾਲ ਨੂੰ ਉਹਨਾਂ ਦੇ ਜਿਹੜੇ ਗਰਦਾਸਪੁਰ ਵਿੱਚ ਰੱਖਿਆ ਗਿਆ। ਠੀਕ। ਭਾਈ ਸਾਹਿਬ ਤੁਸੀਂ ਸਾਨੂੰ ਸਾਰੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।